Duka Khalsa, Vaheguru Ji Ki Fateh. A very good morning, everybody, and welcome to the Breakfast Show. Balat asi sare Sikh channel viewers di asi aj welcome karde haan kyunki sade studio de vich ek khas guest, ek khas mehman India to sanu aj milan aaye ne. Je main tuhanu dassan ke ohna nu pyar de naal Sufi ki Sultana vi kehya janda aa. She's got a beautiful, soulful voice. I'm sure you'll know who I'm on about. Yes, that's right. I'm on about Harshdeep Kaur and oh sadina laj studio de vich sadna pahunch gaye ne. So aj assi ohna nu fateh de naal balna saanj paiye. Vaheguru Ji Ka Khalsa, Vaheguru Ji Ki Fateh. Thank you so much firstly for taking out time today and coming in to see us. Tusi pehla dasso ke tusi England kadon aaye? Main bas kal hi aayi ha. Kal hi aayi ha. And special thank you to you for this warm welcome. बचपन तो शुरू करना चाहते हैं कि ਤੁਸੀਂ ਸਿੰਗਿੰਗ ਕਦੋਂ ਕਰਨ ਲੱਗੇ ਤੁਹਾਡਾ ਜਿਹੜਾ ਬਚਪਨ ਤੁਸੀਂ ਜਦੋਂ ਗਰੋਅ ਅਪ ਕਰਦੇ ਸੀਗੇ ਤੁਹਾਡੇ ਫੈਮਿਲੀ ਨੇ ਤੁਹਾਨੂੰ ਕਿਵੇਂ ਸਪੋਰਟ ਕੀਤਾ ਮੈਂ ਕੁਝ 5 ਸਾਲ ਦੀ ਸੀ ਜਦ ਮੈਂ ਗਾਣਾ ਸ਼ੁਰੂ ਕੀਤਾ ਸੀ ਮੈਂ ਤੇ ਮੇਰੀ ਵੱਡੀ ਭੈਣ ਸਿਮਰਨ ਅਸੀਂ ਟੀਵੀ ਦੇਖਦੇ ਸੀ ਤੇ ਗਾਣੇ ਸੁਣਦੇ ਸੀ 뮤지컬 ਪਿਕਚਰਾਂ ਦੇਖਦੇ ਸੀ ਜਿੱਦਾਂ ਸਾਊਂਡ ਆਫ 뮤직 ਕਿਉਂਕਿ ਉਹਨਾਂ ਦਿਨਾਂ ਵਿੱਚ ਸਾਡੇ ਫਾਦਰ ਸਾਨੂੰ ਕਾਫੀ ਮੂਵੀਜ਼ ਦਿਖਾਉਂਦੇ ਸੀ ਬੱਚਿਆਂ ਵਾਲੀ 뮤지컬 ਵਾਲੀ ਤੇ ਮੈਂ ਕੁਝ ਟੀਵੀ ਤੇ ਦੇਖ ਰਹੀ ਸੀ ਤੇ ਮੈਂ ਨਾਲ ਨਾਲ ਮੈਨੂੰ ਚੰਗਾ ਲੱਗਿਆ ਕੁਝ ਮੈਂ ਗੁੰਗੁਨਾਣ ਲੱਗ ਪਈ ਹਾਂਜੀ ਤੇ ਮੇਰੇ ਫਾਦਰ ਨੇ ਦੂਜੇ ਕਮਰੇ ਤੋਂ ਮੇਰੀ ਆਵਾਜ਼ ਸੁਣੀ ਤੇ ਉਹਨਾਂ ਨੂੰ ਲੱਗਿਆ ਕਿ ਕਾਫੀ ਸੁਰ ਦੇ ਵਿੱਚ ਗਾ ਰਹੀ ਹੈ ਕਿਉਂਕਿ ਉਹ ਜਦ ਛੋਟੇ ਸੀ ਉਹ ਗਿਟਾਰ ਬਜਾਇਆ ਕਰਦੇ ਸੀ ਸਕੂਲ ਦੇ ਵਿੱਚ ਗਾਉਂਦੇ ਸੀ ਤੇ ਉਹਨਾਂ ਦਾ ਆਪਣਾ ਇੱਕ ਬੈਂਡ ਸੀ ਓ ਵਾਓ ਓਕੇ ਤੇ 뮤직 ਦੀ ਉਹਨਾਂ ਨੂੰ ਕਾਫੀ ਨੌਲੇਜ ਹੈ ਸੋ ਤੁਹਾਡੇ ਫੈਮਿਲੀ ਦੇ ਵਿੱਚ ਵੀ ਪਹਿਲਾਂ ਤੋਂ ਹੀ ਫੇ ਸ਼ੁਰੂ ਕੀਤਾ ਫੇ ਗਾਉਣਾ ਹਾਂਜੀ ਹਾਂਜੀ ਤੇ ਉਹਨਾਂ ਨੇ ਮੇਰਾ ਟੈਲੈਂਟ ਪਰਖਿਆ ਜਾਂ ਪਛਾਣਿਆ ਫੇ ਮੈਨੂੰ ਇਨਕਰੇਜ ਕੀਤਾ ਕਿ ਇਫ ਯੂ ਵਾਂਟ ਟੂ ਲਰਨ ਆਈ ਐਮ ਦੇਅਰ ਟੂ ਗਾਈਡ ਯੂ ਫਿਰ ਮੈਂ ਕਲਾਸਿਕਲ 뮤직 ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰਤੀ ਹਾਂਜੀ ਤਾਂ ਫਿਰ ਤੁਸੀਂ ਉਸ ਤੋਂ ਬਾਅਦ ਕਿਦਾਂ ਤੁਸੀਂ ਜਿਵੇਂ ਕਿ ਹੁਣ ਤੁਸੀਂ ਪ੍ਰੋਫੈਸ਼ਨਲ ਆਬਵੀਅਸਲੀ ਸਿੰਗਿੰਗ ਕਰਦੇ ਆ ਤੁਸੀਂ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਕਿਵੇਂ ਆਏ ਪਹਿਲਾਂ ਤਾਂ ਮੈਂ ਕਾਫੀ ਸਿੱਖਿਆ ਸ਼੍ਰੀ ਤੇਜਪਾਲ ਸਿੰਘ ਜੀ ਜਿਹੜੇ ਸਿੰਘ ਬੰਧੂ ਉਸ ਦੇ ਨਾਂ ਤੋਂ ਵੀ ਕਾਫੀ ਫੇਮਸ ਨੇ ਉਹਨਾਂ ਤੋਂ ਮੈਂ ਤਾਲੀਮ ਲਿੱਤੀ ਹੈ ਸ਼ਾਸਤਰੀ ਸੰਗੀਤ ਦੀ ਤੇ ਮੈਂ ਕਾਫੀ ਸਾਲ ਉਹਨਾਂ ਦੇ ਕੋਲ ਸਿੱਖੀ ਸਕੂਲ ਦੇ ਵਿੱਚ ਮੈਂ ਸਟੇਜ ਤੇ ਗਾਉਂਦੀ ਸੀ ਕਾਫੀ ਕੰਪੀਟੀਸ਼ਨਸ ਟੀਵੀ ਸ਼ੋਜ਼ ਤੇ ਮੈਂ ਹਿੱਸਾ ਲਿੱਤਾ ਤੇ ਕਾਫੀ ਐਕਸਪੀਰੀਅੰਸ ਵੱਧਦਾ ਗਿਆ ਹਾਂਜੀ ਫਿਰ ਜਦ ਮੇਰੀ 12th ਫਿਨਿਸ਼ ਹੋਈ ਸਕੂਲ ਦੀ ਅਸੀਂ ਡਿਸਾਈਡ ਕੀਤਾ ਕਿ ਵੀ ਸ਼ੁੱਡ ਸ਼ਿਫਟ ਟੂ ਮੁੰਬਈ ਕਿਉਂਕਿ ਪੂਰੀ 뮤직 ਇੰਡਸਟਰੀ ਉੱਥੇ ਹੈ ਤੇ ਉੱਥੇ ਜਾ ਕੇ ਮੈਂ ਆਪਣਾ ਕਾਲਜ ਕੀਤਾ ਤੇ ਨਾਲ ਨਾਲ ਮੈਂ ਆਪਣਾ 뮤직 ਦਾ ਵੀ ਮੈਂ ਕਰਦੀ ਰਹੀ ਮੈਂ ਕਾਫੀ 뮤직 ਡਾਇਰੈਕਟਰਸ ਨੂੰ ਮਿਲੀ ਫਿਰ ਮੇਰੀ ਫਰਸਟ ਬ੍ਰੇਕ ਆਈ ਸੀ ਜਦ ਮੈਂ ਸਕੂਲ ਦੇ ਵਿੱਚ ਹੀ ਸੀ ਮੈਂ ਬੰਬੇ ਜਾ ਕੇ ਗਾਣਾ ਗਾ ਕੇ ਆਈ ਸੀ ਗਾਣਾ ਸੀਗਾ ਸਜਣਾ ਮੈਂ ਹਾਰੀ ਇੱਕ ਫਿਲਮ ਆਈ ਸੀ ਆਪਕੋ ਪਹਿਲੇ ਵੀ ਕਹੀਂ ਦੇਖਾ ਹੈ ਹਾਂਜੀ ਤੇ ਉਹ ਮੇਰਾ ਪਹਿਲਾ ਫਿਲਮ ਦਾ ਗਾਣਾ ਸੀ ਫਿਰ ਉਹਦੇ ਬਾਅਦ ਕਾਫੀ ਸਾਰੇ ਗਾਣੇ ਆਪੇ ਰਿਲੀਜ਼ ਹੋਣ ਲੱਗ ਪਏ ਫਿਰ ਜਿਵੇਂ ਕਿ ਜੇ ਤੁਸੀਂ ਕਿਹਾ ਕਿ ਤੁਸੀਂ ਸਿੰਗਿੰਗ ਦੇ ਵਿੱਚ ਵੀ ਕਲਾਸਿਕਲ ਸਿੰਗਿੰਗ ਤੁਸੀਂ ਉਹਦੇ ਵਿੱਚ ਟ੍ਰੇਨਿੰਗ ਤੁਸੀਂ ਲਈ ਸੀਗੀ ਸੋ ਤੁਹਾਡੇ ਮਾਪੇ ਨੇ ਵੀ ਤੁਹਾਡੇ ਤੁਹਾਨੂੰ ਸਪੋਰਟ ਕੀਤਾ ਸੀਗਾ ਕਿ ਕਹਿੰਦੇ ਤੁਸੀਂ ਇਹ ਹਾਜੇ ਤੁਸੀਂ ਕਲੀਅਰ ਕਰਨਾ ਆ ਤੁਹਾਨੂੰ ਪੂਰੀ ਫੁੱਲ ਸਪੋਰਟ ਮਿਲੀ ਸੀ ਫੈਮਿਲੀ ਕੋਲੋਂ ਜਾਣ ਨੇ ਕਿਸ ਨਹੀਂ ਪਹਿਲਾਂ ਤੁਸੀਂ ਆਪਣੀ ਐਜੂਕੇਸ਼ਨ ਫਿਨਿਸ਼ ਕਰਕੇ ਫਿਰ ਬਾਅਦ ਦੇ ਵਿੱਚ ਤੁਸੀਂ ਸਿੰਗਿੰਗ ਦੇ ਵਿੱਚ ਜਾਓ ਨਹੀਂ ਐਦਾਂ ਨਹੀਂ ਸੀ ਸਿੰਗਿੰਗ ਵਾਸ ਆਲਵੇਸ ਸਾਈਡ ਬਾਈ ਸਾਈਡ ਬਟ ਮੇਰੇ ਪੇਰੈਂਟਸ ਹਮੇਸ਼ਾ ਕਹਿੰਦੇ ਸੀ ਕਿ ਪੜ੍ਹਾਈ ਨਹੀਂ ਛੱਡਣੀ ਚਾਹੀਦੀ ਹੈ ਤੁਸੀਂ ਆਪਣਾ ਪੂਰਾ ਗ੍ਰੈਜੂਏਸ਼ਨ ਕਰੋ ਬਟ 뮤직 ਨਾਲ-ਨਾਲ ਚੱਲਦਾ ਰਹਿਣਾ ਚਾਹੀਦਾ ਹੈ ਹਾਂਜੀ ਤੇ ਪੜ੍ਹਾਈ ਵੀ ਮੈਂ ਪੂਰੀ ਕੀਤੀ ਹੈ ਤੇ ਮੈਂ ਸਟੂਡੈਂਟ ਵੀ ਚੰਗੀ ਸੀ ਹਾਂਜੀ ਵਾਸ ਅ ਗੁੱਡ ਸਟੂਡੈਂਟ ਦੈਨ ਨਾਟ ਨੋਟੀ ਹਾਂਜੀ ਹਾਂਜੀ ਤੇ ਬਸ 뮤직 ਮੈਂ ਨਾਲ-ਨਾਲ ਕਰਦੀ ਗਈ ਜਿੱਦਾਂ ਹੀ ਮੇਰੀ ਗ੍ਰੈਜੂਏਸ਼ਨ ਖਤਮ ਹੋਈ ਫਿਰ ਮੈਂ 뮤직 ਫੁੱਲ ਫਲੈਜਡ ਮੈਂ ਸ਼ੁਰੂ ਆਲਰੇਡੀ ਕਰ ਚੁੱਕੀ ਸੀ ਹਾਂਜੀ ਪਰ ਫਿਰ ਪੂਰਾ ਫੋਕਸ ਫਿਰ 뮤직 ਤੇ ਆ ਗਿਆ 뮤직 ਤੇ ਆ ਗਿਆ ਫਿਰ ਤੁਸੀਂ ਆਪਣਾ ਮੈਂਸ਼ਨ ਕੀਤਾ ਕਿ ਤੁਹਾਡਾ ਜਿਹੜਾ ਪਹਿਲਾ ਗੀਤ ਸੀਗਾ ਤੁਸੀਂ ਦੋ ਕਲਾਈਨਾਂ ਉਹ ਪਹਿਲੇ ਗੀਤ ਦੀਆਂ ਤੁਹਾਨੂੰ ਸੁਣਾ ਦੂੰਗੇ ਹਾਂ ਤੁਸੀਂ ਮੇਰੇ ਸਾਹਮਣੇ ਮੈਂ ਸੋਚੀ ਮੈਂ ਲਾਹੀ ਲੈ ਲੈਣਾ ਆ ਹਾਂ ਮੈਂ ਤੁਹਾਨੂੰ ਸਾਰੇ ਆਪਣੇ ਫੇਵਰੇਟ ਗੀਤ ਤਾਂ ਗਵਾਉਣੇ ਆ ਹਾਂਜੀ ਹਾਂਜੀ ਜ਼ਰੂਰ ਸਜਣਾ ਮੈਂ ਹਾਰੀ ਆ ਜਾ ਇੱਕ ਵਾਰੀ ਸਜਣਾ ਮੈਂ ਹਾਰੀ ਆ ਜਾ ਇੱਕ ਵਾਰੀ ਦਿਲ ਲੱਗਦਾ ਨਹੀਂ ਤੇਰੇ ਬਿਨ ਹਾਣੀਆਂ ਹੋ ਮੇਰੇ ਮਾਹੀਆ ਜਾਏ ਨਾ ਬੁਝਿਆ ਸਜਣਾ ਮੈਂ ਹਾਰੀ
आ जाए एक बारी। Beautiful, absolutely beautiful. ਤੁਹਾਡੀ ਆਵਾਜ਼ ਇੰਨੀ ਸੁਰੀਲੀ ਹੈ, ਇੰਨੀ ਪਿਆਰੀ ਲੱਗਦੀ ਹੈ ਜਦੋਂ ਤੁਸੀਂ ਗਾਉਂਦੇ ਆ, absolutely amazing. ਸੋ ਇਹ ਤੁਹਾਡਾ ਪਹਿਲਾ ਹਾ ਪ੍ਰੋਫੈਸ਼ਨਲ ਪਹਿਲਾ ਫਿਲਮ ਦਾ ਗਾਣਾ ਸੀਗਾ। ਹਾਂਜੀ, ਫਿਰ ਤੁਹਾਨੂੰ ਇਦਾਂ ਇਹਦਾ ਰਿਸਪੌਂਸ ਕਿਵੇਂ ਦਾ ਮਿਲਿਆ? ਕਾਫੀ ਵਧੀਆ ਰਿਸਪੌਂਸ ਸੀ, ਟੀਵੀ ਤੇ ਕਾਫੀ ਚੱਲਿਆ ਗਾਣਾ, ਤੇ ਲੋਕੀ ਬਿਲੀਵ ਨਹੀਂ ਕਰਦੇ ਸੀ ਕਿ ਇੰਨੀ ਛੋਟੀ ਜਿਹੀ ਕੁੜੀ ਨੇ ਇੰਨਾ ਹੈਵੀ ਤੇ ਕਾਫੀ ਸੈਡ ਸੌਂਗ ਸੀ, ਬਹੁਤ ਹੀ ਇਮੋਸ਼ਨਲ ਗਾਣਾ ਸੀ ਉਹ ਗਾਇਆ, ਤੇ ਮੈਨੂੰ ਬਹੁਤ ਹੀ ਵਧੀਆ ਰਿਸਪੌਂਸ ਰਿਹਾ। ਫਿਰ ਉਹਦੇ ਬਾਅਦ 12th ਦੇ ਬਾਅਦ ਜਦ ਮੈਂ ਬੰਬੇ ਸ਼ਿਫਟ ਹੋ ਗਈ, ਫਿਰ ਮੈਂ ਕਾਫੀ ਮਿਊਜ਼ਿਕ ਡਾਇਰੈਕਟਰਸ ਨੂੰ ਮਿਲੀ, ਮੈਂ ਆਪਣੀ ਡੈਮੋ ਸੀਡੀ ਇੱਕ ਲੈ ਕੇ ਜਾਂਦੀ ਸੀ, ਹਾਂਜੀ, ਤੇ ਉਹ ਸਾਹਮਣੇ ਬਹਿ ਕੇ ਸੁਣਦੇ ਸੀ ਤੇ ਆਪਣੇ ਫੀਡਬੈਕ ਦਿੰਦੇ ਸੀ, ਮੋਸਟਲੀ ਬਹੁਤ ਹੀ ਖੁਸ਼ ਹੁੰਦੇ ਸੀ। ਹਾਂਜੀ, ਤੇ ਫਿਰ ਜਦ ਉਹਨਾਂ ਨੂੰ ਕੋਈ ਗਾਣੇ ਦੀ ਲੋੜ ਹੋਵੇ ਹੁੰਦੀ ਸੀ ਤੇ ਫਿਰ ਮੈਨੂੰ ਕਾਲ ਕਰ ਦਿੰਦੇ ਸੀਗੇ। ਹਾਂਜੀ, ਸੋ ਤੁਸੀਂ 14 ਈਅਰ ਸੀਗੇ ਨਾ, 14 ਸਾਲਾਂ ਦੇ ਜਦੋਂ ਤੁਸੀਂ ਇੱਕ ਟੈਲੈਂਟ ਸ਼ੋਅ ਦੇ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ, ਹਾਂਜੀ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਉੱਥੇ ਕਿਵੇਂ ਪਹੁੰਚੇ? ਮੈਂ ਟੀਵੀ ਤੇ ਐਡ ਦੇਖੀ ਸੀ, MTV ਵੀਡੀਓ ਗਾਗਾ ਕੰਟੈਸਟ, ਤੇ ਉਹਨਾਂ ਨੇ ਕਿਹਾ ਸੀ ਆਪਣੀ ਕੈਸੇਟ ਭੇਜੋ 3 ਗਾਣੇ ਗਾ ਕੇ, ਤੇ ਜੇ ਸਾਨੂੰ ਤੁਹਾਡੀ ਆਵਾਜ਼ ਚੰਗੀ ਲੱਗੇਗੀ ਅਸੀਂ ਤੁਹਾਨੂੰ ਮੁੰਬਈ ਬੁਲਾਵਾਂਗੇ, ਤੇ ਤੁਹਾਡਾ 뮤직 ਵੀਡੀਓ ਐਜ਼ ਅ ਪ੍ਰਾਈਜ਼ ਮਿਲੇਗਾ। ਤੇ ਮੈਂ ਆਪਣੀ ਕੈਸੇਟ ਭੇਜਤੀ ਸੀ, ਹਾਂਜੀ, ਤੇ ਫਿਰ ਕੋਈ ਉਹਨਾਂ ਦਾ ਕਾਲ ਨਹੀਂ ਆਇਆ। ਇਹ ਮੈਂ ਭੇਜੀ ਸੀ ਜਦ ਮੈਂ 12 ਸਾਲ ਦੀ ਸੀ, 12 ਸਾਲ ਤੇ ਮੈਂ ਥੋੜੀ ਜੀ ਉਦਾਸ ਹੋ ਗਈ ਕਿ ਪਤਾ ਨਹੀਂ ਮੇਰੀ ਆਵਾਜ਼ ਚੰਗੀ ਨਹੀਂ ਲੱਗੀ। ਹਾਂਜੀ, ਤੇ ਫਿਰ ਜਦ 2 ਸਾਲ ਬਾਅਦ ਇਹ ਕੰਪੀਟੀਸ਼ਨ ਫੇਰ ਹੋਇਆ ਤੇ ਮੈਂ ਭੇਜੀ ਨਹੀਂ ਆਪਣੀ ਕੈਸੇਟ, ਹਾਂਜੀ, ਕਿਉਂਕਿ ਮੈਨੂੰ ਲੱਗਿਆ ਕਿ ਪਤਾ ਨਹੀਂ ਚੀਟਿੰਗ ਹੁੰਦੀ ਹੈ, ਆਵਾਜ਼ ਸੁਣਦੇ ਨਹੀਂ ਕੈਸੇਟ ਨਾਲ, ਕੈਸੇਟ ਤੇ ਧਿਆਨ ਨਹੀਂ ਦਿੰਦੇ, ਹਾਂਜੀ, ਜਾਂ ਇਹਨਾਂ ਦੇ ਆਪਣੇ ਕੰਟੈਸਟੈਂਟਸ ਹੁੰਦੇ ਨੇ। ਬਟ ਫਿਰ ਮੈਨੂੰ ਉਹਨਾਂ ਤੋਂ ਕਾਲ ਆਈ ਕਿ ਤੁਸੀਂ ਇਸ ਵਾਰੀ ਆਪਣੀ ਕੈਸੇਟ ਨਹੀਂ ਭੇਜੀ, ਤੇ ਮੈਂ ਉਹਨਾਂ ਨੂੰ ਕਹਿਤਾ ਕਿਉਂਕਿ ਮੈਂ ਛੋਟੀ ਸੀ, ਮੈਂ ਡਰਦੀ ਨਹੀਂ ਸੀ, ਐਸੇ ਤੁਸੀਂ ਸਿਲੈਕਟ ਨਹੀਂ ਕਰਦੇ, ਤੁਸੀਂ ਚੀਟਿੰਗ ਕਰਦੇ ਹੋ। ਹਾਂਜੀ, ਕਹਿੰਦੇ ਨਹੀਂ ਨਹੀਂ ਸਾਨੂੰ ਤੁਹਾਡੀ ਆਵਾਜ਼ ਬੜੀ ਚੰਗੀ ਲੱਗੀ ਸੀ ਪਰ ਤੁਸੀਂ ਅੰਡਰ ਏਜ ਸੀਗੇ, ਅਸੀਂ ਤੁਹਾਨੂੰ ਤੁਸੀਂ ਛੋਟੇ ਸੀ, ਹਾਂਜੀ, ਇਸ ਕਰਕੇ ਨਹੀਂ ਬੁਲਾ ਪਾਏ, ਬਟ ਇਸ ਵਾਰੀ ਪਲੀਜ਼ ਤੁਸੀਂ ਆਪਣੀ ਹੁਣ ਫਰੈਸ਼ ਇੱਕ ਕੈਸੇਟ ਭੇਜੋ, ਅਸੀਂ ਜ਼ਰੂਰ ਤੁਹਾਨੂੰ ਬੁਲਾਵਾਂਗੇ। ਤਾਂ ਫਿਰ ਮੈਂ ਉਹਨਾਂ ਨੂੰ ਭੇਜੇ ਤੇ ਆਈ ਗੋਟ ਸਿਲੈਕਟਡ ਐਂਡ ਆਈ ਵਨ ਦਾ ਕੰਪੀਟੀਸ਼ਨ। ਐਬਸੋਲੂਟਲੀ ਫੈਂਟਾਸਟਿਕ। ਤੁਸੀਂ ਕੀ ਉੱਥੇ ਗਿਆ ਸੀਗਾ ਜਦੋਂ ਤੁਸੀਂ ਆਪਣਾ ਆਡੀਸ਼ਨ ਦਿੱਤਾ ਸੀ? ਕਾਫੀ ਸਾਰੇ ਰਾਊਂਡ ਸੀ, ਹਾਂਜੀ, ਜਿੱਦਾਂ ਇੱਕ ਮੈਂ ਗਾਣਾ ਗਾਇਆ ਸੀ ਲੰਬੀ ਜੁਦਾਈ, ਫਿਰ ਇੱਕ ਸ਼ੁਭਾ ਮੁਦਗਲ ਜੀ ਦਾ ਗਾਣਾ ਸੀ ਕਲਾਸੀਕਲ ਗਾਣਾ, ਬੜੇ ਸਾਰੇ ਰਾਊਂਡ ਸੀਗੇ, ਤਾਲ ਰਾਊਂਡ, ਸੁਰ ਰਾਊਂਡ, ਤੇ ਪੂਰਾ ਟੈਸਟ ਪ੍ਰੋਪਰ ਲਿਆ ਉਹਨਾਂ ਨੇ। ਫਿਰ ਇੱਕ ਡਾਂਸ ਰਾਊਂਡ ਵੀ ਸੀ, ਡਾਂਸ ਵੀ ਕਰਨਾ ਸੀ, ਤੇ ਬਸ ਸਾਰਾ ਕੁਝ ਤੁਸੀਂ ਫਿਰ ਸਿੱਖਿਆ ਨਾਲ। ਪਰ ਜਦੋਂ ਅਸੀਂ ਦੇਖੀਏ ਕਿ ਟੀਵੀ ਤੇ ਉਹਨਾਂ ਕਾਫੀ ਪ੍ਰੈਸ਼ਰ ਹੁੰਦਾ, ਹੁਣ ਅਸੀਂ ਮੈਨੂੰ ਅੱਜ ਵੀ ਕਾਫੀ ਡਰ ਲੱਗਦਾ ਕਿ ਮੈਂ ਅੱਜ ਲਾਈਵ ਅਸੀਂ ਟੀਵੀ ਤੇ ਇੰਟਰਵਿਊ ਕਰਦੇ ਹਾਂ, ਕਾਫੀ ਮਿਸਟੇਕਸ ਵੀ ਹੋ ਜਾਂਦੀਆਂ। ਉਸ ਟਾਈਮ ਤੇ ਤੁਸੀਂ 14 ਸਾਲਾਂ ਦੇ ਸੀਗੇ ਤੇ ਤੁਸੀਂ ਟੀਵੀ ਤੇ ਆਏ, ਤੁਸੀਂ ਉੱਥੇ ਉਦੋਂ ਜਿਹੜਾ ਪ੍ਰੈਸ਼ਰ ਹੁੰਦਾ ਹੈ ਤੁਸੀਂ ਕਿਵੇਂ ਉਹ ਹੈਂਡਲ ਕੀਤਾ? ਆਈ ਥਿੰਕ ਮੈਂ ਇੱਕ ਪਰਸਨਲ ਐਕਸਪੀਰੀਅੰਸ ਨਾਲ ਤੁਹਾਨੂੰ ਮੈਂ ਇੱਕ ਗੱਲ ਸ਼ੇਅਰ ਕਰਦੀ ਕਿ ਜਦ ਅਸੀਂ ਛੋਟੇ ਹੁੰਦੇ ਹਾਂ ਨਾ ਤੇ ਇੰਨਾ ਡਰ ਹੁੰਦਾ ਨਹੀਂ ਹੈ, ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਹਾਂਜੀ, ਅਸੀਂ ਹੋਰ ਕੌਨਸ਼ੀਅਸ ਹੋਣ ਲੱਗ ਪੈਂਦੇ ਹਾਂ ਕਿ ਮੈਂ ਕਿੱਦਾਂ ਦੀ ਲੱਗ ਰਹੀ ਹਾਂ, ਪਤਾ ਨਹੀਂ ਮੇਰੀ ਆਵਾਜ਼ ਚੰਗੀ ਲੱਗੇਗੀ ਕਿ ਨਹੀਂ, ਮੇਰੇ ਤੋਂ ਗਲਤੀ ਹੋ ਗਈ। ਬਟ ਜਦ ਅਸੀਂ ਛੋਟੇ ਹੁੰਦੇ ਹਾਂ ਅਸੀਂ ਇੰਨਾ ਬਿਲਕੁਲ ਨਹੀਂ ਸੋਚਦੇ, ਅਸੀਂ ਜਸਟ ਗੋ ਔਨ ਸਟੇਜ ਐਂਡ ਸਿੰਗ। ਬਟ ਜਿੱਦਾਂ ਜਿੱਦਾਂ ਅਸੀਂ ਨਾ ਵੱਡੇ ਹੁੰਦੇ ਹਾਂ ਤੇ ਸੋਸ਼ਲ ਪ੍ਰੈਸ਼ਰ ਤੇ ਬਾਕੀਆਂ ਨੂੰ ਦੇਖ ਕੇ ਥੋੜ੍ਹੇ ਹੋਰ ਕੌਨਸ਼ੀਅਸ ਹੋ ਜਾਣਾ, ਇਹ ਸਭ, ਹਾਂਜੀ, ਜਦ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਇਹ ਗੱਲਾਂ ਸਾਡੇ ਦਿਮਾਗ ਵਿੱਚ ਆਉਂਦੀਆਂ ਨੇ। ਬਟ ਬੱਚਿਆਂ ਫੀਅਰਲੈਸ ਹੁੰਦੇ, ਬੱਚੇ, ਹਾਂ, ਬੱਚੇ ਆਰ ਫੀਅਰਲੈਸ, ਹਾਂਜੀ, ਸੋ ਆਈ ਥਿੰਕ ਸਾਨੂੰ ਬੱਚਿਆਂ ਵਰਗੇ ਉਹਦਾ ਹੋਣਾ ਚਾਹੀਦਾ ਹੈ। ਦੈਟਸ ਅ ਗੁੱਡ ਟਿਪ, ਡੈਫੀਨਿਟਲੀ। ਜਿਹੜਾ ਮੈਨੂੰ ਜਿਹੜਾ ਸ਼ਬਦ ਤੁਸੀਂ ਗਾਇਆ ਸੀਗਾ ਉਹ ਹੈਗਲੀ ਸੀ ਐਂਡ ਤੱਕ ਤੋਂ ਸੁਣੋਗੇ, ਹਾਂਜੀ, ਮੈਨੂੰ ਲੱਗਦਾ ਉਹਦੇ ਤੋਂ ਮੈਨੂੰ ਪਤਾ ਲੱਗਾ ਹਰਸ਼ਦੀਪ ਕੌਰ ਕੌਣ ਆ, ਬਿਕੋਜ਼ ਤੁਸੀਂ ਬਿਲੀਵ ਨਹੀਂ ਕਰਨਾ ਕਿ ਉਹੀ ਮੇਰਾ ਅਲਾਰਮ ਆ। ਐਵਰੀ ਮੋਰਨਿੰਗ ਜਦੋਂ ਮੈਂ ਉੱਠਦੀ ਹਾਂ ਪਹਿਲਾਂ ਉਹੀ ਆਵਾਜ਼ ਮੈਨੂੰ ਸੁਣਦੀ ਆ, ਤਾਂ ਇੰਨਾ ਉਹ ਮਨ ਨੂੰ ਚੰਗਾ ਲੱਗਦਾ, ਇੰਨਾ ਪਿਆਰਾ ਲੱਗਦਾ ਆ ਕਿ ਫਿਰ ਉਹ ਫਿਰ ਤੁਹਾਨੂੰ ਤੁਸੀਂ ਕਿਵੇਂ ਉਹ ਅਪਰਚੁਨਿਟੀ ਤੁਹਾਨੂੰ ਮਿਲੀ ਕਿ ਉਹ ਸ਼ਬਦ ਤੁਸੀਂ ਗਾਇਆ? ਤੇ ਮੈਂ ਏ ਆਰ ਰਹਿਮਾਨ ਜੀ ਨੂੰ ਮਿਲੀ ਬੰਬੇ ਦੇ ਵਿੱਚ, ਤੇ ਉਹਨਾਂ ਲਈ ਮੈਂ ਆਡੀਸ਼ਨ ਦਿੱਤੀ, ਮੈਂ 3 ਗਾਣੇ ਰਿਕਾਰਡ ਕੀਤੇ, ਕਾਇੰਡ ਆਫ ਅ ਵੋਇਸ ਟੈਸਟ। ਇੱਕ ਮੈਂ ਉਹਨਾਂ ਨੂੰ ਸੂਫੀ ਗਾਣਾ ਸੁਣਾਇਆ ਸੀ, ਇੱਕ ਮੈਂ ਗਜ਼ਲ ਗਾਈ ਸੀ, ਤੇ ਇੱਕ ਮੈਂ ਇੰਗਲਿਸ਼ ਗਾਣਾ ਵੀ ਗਾਇਆ ਸੀ, ਤੇ ਉਹਨਾਂ ਨੂੰ ਮੇਰੀ ਆਵਾਜ਼ ਕਾਫੀ ਅੱਛੀ ਲੱਗੀ, ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਫ ਆਈ ਵੁੱਡ ਲਵ ਟੂ ਸਿੰਗ ਫੋਰ ਕੋਰਸ, ਕਿਸੇ ਮੂਵੀ ਦਾ ਬੈਕਗਰਾਊਂਡ ਸਕੋਰ ਕਰ ਰਹੇ ਸੀ, ਹਾਂਜੀ, ਤੇ ਮੈਂ ਉਹਨਾਂ ਦੇ ਲਈ ਮੈਂ ਬੈਕਗਰਾਊਂਡ ਸਕੋਰ ਦੇ ਵਿੱਚ ਗਾਇਆ। ਫਿਰ ਕੁਛ 1-2 ਮਹੀਨੇ ਬਾਅਦ ਫਿਰ ਉਹ ਕਿਸੇ ਫਿਲਮ 'ਤੇ ਕੰਮ ਕਰ ਰਹੇ ਸੀ, ਬਾਅਦ 'ਚ ਪਤਾ ਲੱਗਿਆ ਉਹ ਫਿਲਮ ਸੀ ਰੰਗ ਦੇ ਬਸੰਤੀ, ਹਾਂਜੀ, ਉਹਨਾਂ ਦਾ ਮੈਨੂੰ ਕਾਲ ਆਇਆ ਕਿ ਕਮ ਟੂ ਦਾ ਸਟੂਡੀਓ, ਆਈ ਵਾਂਟ ਟੂ ਰਿਕਾਰਡ ਸਮਥਿੰਗ ਇਨ ਯੋਰ ਵੋਇਸ, ਤੇ ਮੈਂ ਕਾਫੀ ਐਕਸਾਈਟਿਡ ਸੀ ਕਿ ਪਤਾ ਨਹੀਂ ਕੀ ਹੋਏਗਾ। ਫਿਰ ਉਹਨਾਂ ਨੇ ਪੁੱਛਿਆ ਕਿ ਕੋਈ ਪ੍ਰੇਅਰ ਜਿਹੜੀ ਤੁਸੀਂ ਸਵੇਰੇ ਗਾਉਂਦੇ ਹੋ, ਕਿਉਂਕਿ ਇਹ ਗੋਲਡਨ ਟੈਂਪਲ 'ਤੇ ਸ਼ੂਟ ਹੋਣਾ ਹੈ, ਅਤੇ ਫਿਰ ਮੈਂ ਦੱਸਿਆ ਕਿ ਮੈਂ ਮੂਲ ਮੰਤਰ ਪੜ੍ਹਦੀ ਹਾਂ ਜਾਂ ਇੱਕ ਓਂਕਾਰ, ਫਿਰ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਿਆ, ਫਿਰ ਅਸੀਂ ਉਹ ਰਿਕਾਰਡ ਕੀਤਾ,
ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਐਲਬਮ ਦੇ ਵਿੱਚ ਐਜ਼ ਅ ਸੌਂਗ ਜਾਂ ਐਜ਼ ਅ ਟਰੈਕ ਆਏਗਾ ਮੈਨੂੰ ਲੱਗਿਆ ਸ਼ਾਇਦ ਬੈਕਗ੍ਰਾਉਂਡ ਦੇ ਵਿੱਚ ਯੂਜ਼ ਕਰਨਗੇ ਬਟ ਜਦ ਮੈਂ ਸੀਡੀ ਖਰੀਦਣ ਗਈ ਰੰਗ ਦੇ ਬਸੰਤੀ ਦੀ ਤੇ ਮੈਂ ਦੇਖਿਆ ਪਹਿਲਾ ਨਾਂ ਹੀ ਮੇਰਾ ਇੱਕ ਓਂਕਾਰ ਬਾਏ ਹਰਸ਼ਦੀਪ ਕੌਰ ਤੇ ਮੈਨੂੰ ਬਹੁਤ ਹੀ ਆਈ ਵਾਜ਼ ਵੈਰੀ ਗ੍ਰੇਟਫੁਲ ਬਹੁਤ ਹੀ ਧੰਨਵਾਦੀ ਮੈਂ ਫੀਲ ਕੀਤਾ ਬਟ ਮੈਨੂੰ ਨਹੀਂ ਪਤਾ ਸੀ ਉਹ ਇੰਨਾ ਵੱਡਾ ਬਣ ਜਾਏਗਾ ਤੇ ਕਿਉਂਕਿ ਏ ਆਰ ਰਹਿਮਾਨ ਬਹੁਤ ਹੀ ਵੱਡਾ ਨਾਂ ਹੈ ਬਹੁਤ ਹੀ ਵੱਡੀ ਫਿਲਮ ਸੀ ਆਮਿਰ ਖਾਨ ਦੀ ਤੇ ਬਹੁਤ ਹੀ ਪਿਆਰ ਮਿਲਿਆ ਈਵਨ ਜਿਹੜੇ ਲੋਕ ਇਹ ਲੈਂਗੁਏਜ ਨਹੀਂ ਸਮਝਦੇ ਪੰਜਾਬੀ ਉਹਨਾਂ ਨੇ ਵੀ ਮੈਨੂੰ ਈਮੇਲਸ ਕੀਤੇ ਈਵਨ ਸਾਊਥ ਇੰਡੀਅਨਸ ਮੈਨੂੰ ਮੇਲ ਕਰ ਰਹੇ ਸੀ ਕਿ ਸਾਨੂੰ ਇਹਦਾ ਮੀਨਿੰਗ ਨਹੀਂ ਪਤਾ ਬਟ ਜਦ ਵੀ ਅਸੀਂ ਇਹਨੂੰ ਸੁਣਦੇ ਹਾਂ ਸਾਨੂੰ ਬਹੁਤ ਸਕੂਨ ਮਿਲਦਾ ਹੈ ਡੈਫੀਨਿਟਲੀ ਸੋ ਵਾਟ ਵਾਸ ਇਟ ਲਾਈਕ ਵਰਕਿੰਗ ਵਿਦ ਏ ਆਰ ਰਹਿਮਾਨ ਆਬਵੀਅਸਲੀ ਦਿਸ ਇਜ਼ ਦ ਸੈਕਿੰਡ ਇੰਨੇ ਵੱਡੇ ਪਰਸਨੈਲਿਟੀ ਐਂਡ ਵਾਟ ਵਾਸ ਇਟ ਲਾਈਕ ਵੈਲ ਆਈਵ ਗਰੋਨ ਅਪ ਲਿਸਨਿੰਗ ਟੂ ਰਹਿਮਾਨ ਸਰ ਤੇ ਥੋੜਾ ਮੈਂ ਜ਼ਿਆਦਾ ਉਹਨਾਂ ਦੀ ਬਹੁਤ ਵੱਡੀ ਮੁਰੀਦ ਆ ਹੀ ਇਜ਼ ਲਾਈਕ ਗੋਡ ਟੂ ਮੀ ਸੋ ਟੂ ਵਰਕ ਵਿਦ ਹਿਮ ਵਾਜ਼ ਅਨਬਿਲੀਵੇਬਲ ਮੇਰੇ ਲਈ ਬਹੁਤ ਇੱਕ ਚਾਈਲਡਹੁੱਡ ਡ੍ਰੀਮ ਡ੍ਰੀਮ ਮੈਨੂੰ ਲੱਗ ਨਹੀਂ ਰਿਹਾ ਸੀ ਕਿ ਬਾਕੀ ਹੋ ਰਿਹਾ ਮੇਰੇ ਨਾਲ ਕਿ ਨਹੀਂ ਹਾਂਜੀ ਤੇ ਜਦ ਮੈਂ ਇੱਕ ਓਂਕਾਰ ਮੈਂ ਗਾ ਰਹੀ ਸੀ ਰਿਕਾਰਡਿੰਗ ਦੇ ਵਿੱਚ ਤੇ ਮੈਨੂੰ ਵਾਕਈ ਲੱਗ ਰਿਹਾ ਸੀ ਕਿ ਰੱਬ ਮੇਰੇ ਨੇੜੇ ਹੈ ਕਿਉਂਕਿ ਆਈ ਵਾਜ਼ ਫੀਲਿੰਗ ਸੋ ਬਲੈਸਡ ਕਿ ਮੇਰਾ ਸੁਪਨਾ ਪੂਰਾ ਹੋ ਰਿਹਾ ਅੱਜ ਉਹ ਵੀ ਇੱਕ ਪ੍ਰੇਅਰ ਦੇ ਨਾਲ ਜਿਹੜੀ ਮੈਂ ਬਚਪਨ ਤੋਂ ਹਾਂਜੀ ਗਾਉਂਦੇ ਆਈ ਨੋ ਇਟਸ ਐਬਸੋਲੂਟਲੀ ਬਿਊਟੀਫੁਲ ਫਿਰ ਤੁਸੀਂ ਕਲਾਸੀਕਲ ਵੀ ਗਾਉਂਦੇ ਆ ਤੁਸੀਂ ਬਾਲੀਵੁੱਡ ਮਿਊਜ਼ਿਕ ਵੀ ਗਾਉਂਦੇ ਆ ਤੁਸੀਂ ਸੂਫੀ ਵੀ ਤੁਸੀਂ ਸ਼ਬਦ ਵੀ ਗਾਉਂਦੇ ਆ ਤੁਸੀਂ ਕਾਫੀ ਵਰਸਟਾਈਲ ਆ ਕਿ ਤੁਸੀਂ ਯੂ ਨੋ ਯੂ ਕੈਨ ਸਿੰਗ ਆਲ ਸੋਰਟਸ ਇਹ ਤੁਹਾਡਾ ਤੁਸੀਂ ਇਹ ਕਰਨਾ ਚਾਹੁੰਦੇ ਸੀ ਚਾਹੇ ਆਪ ਹੀ ਜਿੱਦਾਂ ਤੁਸੀਂ ਟ੍ਰੇਨਿੰਗ ਕਰੀ ਗਏ ਤੁਸੀਂ ਗਾਉਂਦੇ ਹੋਰ ਸਟਾਈਲ ਤੁਸੀਂ ਸਿੱਖੀ ਗਏ ਨਹੀਂ ਮੈਂ ਚਾਹੁੰਦੀ ਸੀ ਕਿ ਮੈਂ ਇੱਕ ਵਰਸਟਾਈਲ ਸਿੰਗਰ ਬਣਾ ਕਿਉਂਕਿ ਬਚਪਨ ਤੋਂ ਮੈਂ ਆਪਣੇ ਆਪ ਨੂੰ ਮੂਵੀਜ਼ ਲਈ ਸਿੰਗਰ ਬਣਨਾ ਇਮੈਜਿਨ ਕੀਤਾ ਸੀ ਮੈਂ ਚਾਹੁੰਦੀ ਸੀ ਕਿ ਮੈਂ ਪਲੇਬੈਕ ਸਿੰਗਰ ਬਣਾ ਵੱਡੀਆਂ ਜਦ ਕਿਉਂਕਿ ਮੈਂ ਮੂਵੀਜ਼ ਮੈਨੂੰ ਬਹੁਤ ਪਸੰਦ ਹੈ ਵੇਖਣਾ ਆਈ ਐਮ ਅ ਬਿਗ ਬਾਲੀਵੁੱਡ ਹਾਲੀਵੁੱਡ ਫੈਨ ਤੇ ਜਦ ਵੀ ਮੈਂ ਵੱਡੇ ਸਕਰੀਨ 'ਤੇ ਗਾਣੇ ਸੁਣਦੇ ਸੀ ਮੈਨੂੰ ਲੱਗਦਾ ਸੀ ਕਿ ਮੈਂ ਵੀ ਫਿਲਮਾਂ ਲਈ ਗਾਣਾ ਹੈ ਅਤੇ ਮੈਂ ਆਪਣੀ ਆਵਾਜ਼ 70 mm ਸਕਰੀਨ 'ਤੇ ਮੈਂ ਸੁਣਨਾ ਚਾਹੁੰਦੀ ਹਾਂ ਅਤੇ ਮੇਰੇ ਗੁਰੂ ਜੀ ਨੇ ਅਤੇ ਮੇਰੇ ਫਾਦਰ ਨੇ ਮੈਨੂੰ ਦੱਸਿਆ ਕਿ ਇਫ ਯੂ ਵਾਂਟ ਟੂ ਬਿਕਮ ਅ ਪਲੇਬੈਕ ਸਿੰਗਰ ਤਾਂ ਤੁਹਾਨੂੰ ਸਾਰੇ ਸਟਾਈਲਸ ਆਉਣੇ ਚਾਹੀਦੇ ਨੇ ਤੁਸੀਂ ਲਤਾ ਜੀ ਨੂੰ ਸੁਣੋ ਜਾਂ ਆਸ਼ਾ ਜੀ ਨੂੰ ਸੁਣੋ ਉਹ ਰੋਮਾਂਟਿਕ ਗਾਣੇ ਵੀ ਗਾਉਂਦੇ ਸੀ ਸੈਮੀ ਕਲਾਸੀਕਲ ਵੀ ਗਾਉਂਦੇ ਸੀ ਸੈਡ ਸੌਂਗਸ ਵੀ ਗਾਉਂਦੇ ਸੀ ਹੈਪੀ ਮਸਤੀ ਵਾਲੇ ਗਾਣੇ ਵੀ ਗਾਉਂਦੇ ਸੀ ਅਤੇ ਉਹ ਚੀਜ਼ ਬਹੁਤ ਹੀ ਜ਼ਰੂਰੀ ਹੈ ਫੋਰ ਅ ਪਲੇਬੈਕ ਸਿੰਗਰ ਇਟਸ ਲਾਈਕ ਐਕਟਿੰਗ ਬਿਹਾਈਂਡ ਦ ਮਾਈਕ ਤਾਂ ਫਿਰ ਮੈਂ ਇੰਡੀਅਨ ਕਲਾਸੀਕਲ 'ਤੇ ਮੈਂ ਸਿੱਖਿਆ ਸੀ ਅਤੇ ਮੈਂ ਗਜ਼ਲ ਸਿੰਗਿੰਗ ਵੀ ਸਿੱਖੀ ਫਿਰ ਮੈਂ ਵੈਸਟਰਨ ਕਲਾਸੀਕਲ ਮਿਊਜ਼ਿਕ ਵੀ ਸਿੱਖਿਆ ਕਿਉਂਕਿ ਕਈ ਵਾਰੀ ਥੋੜ੍ਹਾ ਵੈਸਟਰਨ ਅੰਦਾਜ਼ ਦੇ ਗਾਣੇ ਵੀ ਹੁੰਦੇ ਨੇ ਹਾਂਜੀ ਅਤੇ ਮੈਂ ਫਿਰ ਆਪਣੇ ਆਪ ਨੂੰ ਟ੍ਰੇਨ ਕੀਤਾ ਉਸ ਹਿਸਾਬ ਦੇ ਲਈ ਹਾਂਜੀ ਅਤੇ ਐਕਟਿੰਗ ਵੀ ਸਿੱਖੀ ਕਿਉਂਕਿ ਮਾਈਕ ਦੇ ਪਿੱਛੇ ਤੁਹਾਨੂੰ ਐਕਟਿੰਗ ਕਰਨੀ ਪੈਂਦੀ ਹੈ ਕਿ ਹੀਰੋਇਨ ਜਦ ਲਿਪਸਿੰਗ ਕਰੇਗੀ ਹਾਂਜੀ ਅਤੇ ਨਾ ਲੱਗੇ ਕਿ ਐਕਸਪ੍ਰੈਸ਼ਨਸ ਨਹੀਂ ਹੈ ਗਾਣੇ ਦੇ ਵਿੱਚ ਅਤੇ ਐਕਸਪ੍ਰੈਸ਼ਨਸ ਵੀ ਬਹੁਤ ਇੰਪੋਰਟੈਂਟ ਵਾਓ ਫਿਰ ਤੁਸੀਂ ਜਦ ਤੱਕ ਜੋ ਦੇਖੇ ਕਿ ਸਿੰਗਰ ਐਕਟਿੰਗ ਵੀ ਫਿਰ ਕਰਨ ਲੱਗ ਜਾਂਦੇ ਆ ਦੇ ਆਬਵੀਅਸਲੀ ਮੀ ਇਨ ਫਰੰਟ ਆਫ ਦ ਕੈਮਰਾ ਇਜ਼ ਦਿਸ ਸਮਥਿੰਗ ਦੈਟ ਯੂ ਹੈਵ ਥੌਟ ਅਬਾਊਟ ਵੁੱਡ ਯੂ ਲਾਈਕ ਟੂ ਐਕਟ ਵੈਲ ਆਈ ਥਿੰਕ ਐਕਟਿੰਗ ਇਜ਼ ਨਾਟ ਐਨ ਈਜ਼ੀ ਜੌਬ ਮੈਂ ਮੇਰਾ ਪਹਿਲਾ ਪਿਆਰ ਹਮੇਸ਼ਾ ਮਿਊਜ਼ਿਕ ਹੀ ਰਹੇਗਾ ਬਟ ਮੈਂ ਆਪਣੇ ਮਿਊਜ਼ਿਕ ਵੀਡੀਓਜ਼ ਦੇ ਵਿੱਚ ਐਕਟਿੰਗ ਕੀਤੀ ਹੈ ਹਾਂਜੀ ਹਾਂਜੀ ਆਈ ਵਾਸ ਗੋਇੰਗ ਟੂ ਮੂਵ ਔਨ ਟੂ ਦੈਟ ਐਕਚੁਅਲੀ ਆਈ ਹੈਵ ਸੀਨ ਸਮ ਐਕਟਿੰਗ ਇਨ ਜਿਹੜਾ ਤੁਸੀਂ ਤੁਹਾਡਾ ਲੇਟੈਸਟ ਸੌਂਗ ਉਹਦੇ ਵਿੱਚ ਵੀ ਤੁਸੀਂ ਕੀਤੀ ਹੋਈ ਆ ਬਟ ਹੀਡ ਉਹਦੇ ਵਿੱਚ ਜਿਹੜਾ ਤੁਸੀਂ ਗੀਤ ਗਾਇਆ ਸੀਗਾ ਇਟਸ ਐਬਸੋਲੂਟਲੀ ਅਮੇਜ਼ਿੰਗ ਜਦੋਂ ਆਪਣੀ ਫਰੈਂਡ ਦੱਸਿਆ ਸੀਗਾ ਕਿ ਮੈਂ ਹਰਸ਼ਦੀਪ ਨੇ ਇੰਟਰਵਿਊ ਕਰਨ ਆਇਆ ਕਹਿੰਦੀ ਸੀ ਤੂੰ ਪਲੀਜ਼ ਉਹ ਤੋਂ ਉਹ ਦੋ ਲਾਈਨਾਂ ਉਹਦੀਆਂ ਗਾਣੇ ਦੀਆਂ ਤੁਸੀਂ ਜ਼ਰੂਰ ਗਵਾਈ ਬਿਕੋਜ਼ ਇਟਸ ਜਸਟ ਐਬਸੋਲੂਟਲੀ ਬਿਊਟੀਫੁਲ ਸੋ ਹੁਣ ਤੁਸੀਂ ਉਹਦੇ ਦੋ ਲਾਈਨਾਂ ਪਲੀਜ਼ ਸਾਨੂੰ ਸੁਣਾਓ ਠੀਕ ਹੈ ਤੁਹਾਡੇ ਲਈ ਤੁਹਾਡੀ ਫਰੈਂਡ ਦੇ ਲਈ ਤੇ ਸਾਰੇ ਵਿਊਅਰਸ ਦੇ ਲਈ ਜਿੱਦਾਂ ਤੁਸੀਂ ਕਹਿ ਰਹੇ ਸਵੇਰੇ ਸਵੇਰੇ ਗਲਾ ਵੀ ਨਹੀਂ ਖੁੱਲਿਆ ਹੁੰਦਾ ਬਟ ਮੈਂ ਟਰਾਈ ਕਰ ਰਹੀ ਹਾਂ ਫੋਰ ਯੂ ਨੀਡ ਸਮ ਵਾਟਰ ਸੀ ਪਾਣੀ ਪੀ ਕੇ ਜਦੋਂ ਤੁਸੀਂ ਰੈਡੀ ਹੋਵੋਗੇ ਗਰਮ ਪਾਣੀ ਸੀਕ੍ਰੇਟ ਫਾਰ ਸਿੰਗਰਸ ਡੈਫੀਨਿਟਲੀ ਸੋ ਇਫ ਐਨੀਬਾਡੀ ਵਾਂਟਸ ਟੂ ਸਿੰਗ ਆਊਟ ਦੈਟ ਦਿਸ ਇਜ਼ ਵਾਟ ਯੂ ਨੀਡ ਟੂ ਬੀ ਡਰਿੰਕਿੰਗ ਟੂ ਵਾਰਮ ਅਪ ਯੋਰ ਥਰੋਟ ਸਮ ਵਾਰਮ ਵਾਟਰ ਗਰਮ ਪਾਣੀ ਐਂਡ ਹਨੀ ਹਾਂਜੀ ਹੀਰ ਨਾ ਖੋੜਿਓ ਮੈਂ ਤੇ ਸਾਹਿਬਾ ਹੋਈ ਕੋੜੀ ਲੈ ਕੇ ਆਵੇ ਲੈ ਜਾਏ ਹਾਏ ਕੋੜੀ ਲੈ ਕੇ ਆਵੇ ਲੈ ਜਾਏ ਹੀਰ ਹੀਰ ਨਾ ਖੋੜਿਓ ਮੈਂ ਤੇ ਸਾਹਿਬਾ ਹੋਈ ਕੋੜੀ ਲੈ ਕੇ ਆਵੇ ਲੈ ਜਾਏ ਹਾਏ Wow, amazing. And I can't believe you've sat in front of me and sang that today. So hopefully my friend, if she's watching this morning, ਉਹਨੂੰ ਬਹੁਤ ਪਸੰਦ ਆਇਆ ਹੋਗਾ ਕਿ ਤੁਸੀਂ ਇਹ ਲਾਈਨਾਂ ਸਾਨੂੰ ਸੁਣਾਈਆਂ. ਸੋ ਫਿਰ ਜਿੱਦਾਂ ਸੂਫੀ ਸਿੰਗਿੰਗ ਦੇ ਵਿੱਚ ਵੀ ਦੇਖਿਆ ਕਿ ਜਦੋਂ ਤੁਸੀਂ ਸਟੇਜ 'ਤੇ ਹੁੰਦੇ ਆ ਤੁਹਾਡਾ ਜਿਹੜਾ ਪ੍ਰੈਜੈਂਸ ਹੁੰਦਾ ਆ ਤੁਸੀਂ ਦਸਤਾਰ ਪਾਈ ਹੁੰਦੀ ਆ ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਉਹ ਤੁਸੀਂ ਉਹ ਸੂਫੀ ਸਿੰਗਿੰਗ ਦੇ ਵਿੱਚ ਸਟਾਈਲ ਦੇ ਵਿੱਚ ਉਹ ਇੱਦਾਂ ਦਾ ਡਰੈਸ ਪਾਉਂਦੇ ਹੁੰਦੇ ਆ ਮੈਂ ਇੱਕ ਰਿਐਲਿਟੀ ਸ਼ੋਅ ਜਿੱਤਿਆ ਸੀ 2008 ਦੇ ਵਿੱਚ ਅਤੇ
दैट कॉम्पीटिशन वॉज बिटवीन सूफी म्यूजिक फोक म्यूजिक ते बॉलीवुड म्यूजिक ते मैं सूफी टीम का हिस्सा सी दैट इज वाई मैनू सूफी की सुल्ताना टाइटल मिला क्योंकि मैं शो जितया सी सूफी की सुल्ताना हां जी ते ओदे विच असी एक नवी लुक ट्राई कीती सी मैं चाहनी सी कि एक वखरा लुक आवे ते मैं पगड़ी बनी फिर मेरे फादर मेरी पगड़ी बनते सी शो दे विच हां जी ते ओ लुक काफी लोगों ने लाइक की एक सूफियाना इमेज ओदे नाल क्रिएट हुई ते मैं ओदे बाद फिर मैं बिना पग दो भी एक दो बारी मैं परफॉर्म किया पर लोग आके कहते कि तुसी ओसाफा क्यों नहीं बनया हाँ जी ते इट बिकेम अ पार्ट ऑफ माई आइडेंटिटी ते हुण मैं जब भी परफॉर्म करदी हाँ मैं हमेशा पग बन के परफॉर्म करदी हाँ जी जे असीं दस्तार दे बारे गल करिए कि ओबवियसली दस्तार सिखां दे वास्ते इन्नी इंपोर्टेंट आ असीं सिक्षा दे विच राहीं असीं एक दस्तार ट्रिबन अवेयरनेस डे भी शुरू किया होया कि मैं पता नहीं होना तुहानूं पता कि इत्थे यूके दे विच पार्लीमेंट दे बाहर किसे दस्तार वाले नूं एक अटैक किया किसी ने तां उन्हां दी दस्तार लाई सो उहदे करके फिर असीं अवेयरनेस ट्रिबन अवेयरनेस डे असीं क्रिएट किया आ तुसीं की कहना चाहोगे कि इदां दे जिहड़े इंस्टेंस हुंदे आ स्पैशली सिख आइडेंटिटी दे वास्ते तुसीं यू नो क्यों हुंदे तां इदां क्यों नहीं होने चाहीदे मैं सिर्फ एक कम्युनिटी के बारे नहीं कहांगी बट ओवरऑल पूरी दुनिया के विच आई थिंक इंसानियत की इज्जत करना बहुत ही जरूरी है भावें कोई भी धर्म का होवे सिख होवे मुस्लिम होवे हिंदू क्रिश्चियन सानू एक दूजे की इज्जत करनी चाहिए है तो ह्यूमैनिटी आई थिंक शुड बी द बिगेस्ट रिलिजन तो कदी कदी इग्नोरेंस करके असी इदा दे स्टेप्स लोग लै लेने कि उन्होंने लगता है कि पता नहीं ये साढ़े लिए हार्मफुल है बंदा दिस इज ऑल इग्नोरेंस सो इग्नोरेंस नहीं होनी चाहिए है दे शुड बी रिस्पैक्ट फॉर ह्यूमैनिटी जिहड़ी अजकल घट होंदी जा रही है लोग छोटी छोटी गल ते एक दूजे का मर्डर कर देंगे तो इन्ना गुस्सा इन्ना इन्नी हेटरेड ये सब नहीं होनी चाहिए तो एज इंडिविजुअल्स एज पेरेंट्स जब असी पेरेंट्स बनांगे या ऑलरेडी जिहड़े पेरेंट्स ने उन्होंने अपने बच्चों नू शुरू तो ही ये शिक्षा देनी चाहिए कि तुसी बस प्यार नाल रहो क्योंकि प्यार ही है जिहड़ा हमेशा रहने वाला है हाँ जी कंप्लीटली ट्रू हाँ जी मैं किसी गल की कि एक्टिंग बारे तुसी क्या तुसी थोड़ी जी एक्टिंग भी की अपने गाने दे विच ओदे बारे सुनो थोड़ा जा दसो कि ओ किवें होया कि प्लान किया सी कानू जां नाल दी नाल होई गया मेरी एक म्यूजिक वीडियो आई सी दिल दी रीझ हाँ जी ते जिहड़ी वीडियो डायरेक्टर है श्रुति उहने मैनू कहा कि मैं चाहुंदी कि तुसी मेन मॉडल रहो तुसी एक्टिंग करो मेन तुहाडे ते ही गाना बने तो मैं शुरू च तो मना करता मैं कहने आई थिंक मैं एज अ सिंगर मैं आ जावांगी लिप सिंग कर दांगी बट फॉर द मेन पार्ट तुसी कोई प्रोफेशनल मॉडल हायर कर लो ते वधिया एक्टिंग करोगी बट शी वॉज कन्विंस नहीं 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 मैं चाहुंदी कि तुसी दो लाइन सिखना दो चन्ना दिल दी रीज पुगा दे टिंगड़िंगड़िंगड़िंगड़िंगड़िंगड़िंगड़िंग टिंगड़िंगड़िंगड़िंगड़िंगड़िंग चन्ना दिल दी रीज पुगा दे मैं सोचा जाग दी सुती हो मैनू लै दे हाड़िया वे सूट दा घगरा पंजाबी जुती ओ मैनू लै दे हाड़िया वे सूफ दा घगरा पंजाबी जुती फैंटास्टिक इट्स एब्सोल्युटली ब्यूटीफुल जे तुसी वीडियो नहीं देखा इस गीत दा तुसी जरूर देखियो तुहानू सारा कुछ उत्थे पंजाब दे विच जिहड़ा ओह पंजाबी सभ्याचार दे बारे तुहानू सारा कुछ उत्थे देखण नूं मिलेगा जे असीं पंजाबी लैंग्वेज बारे गल करिए ऑब्वियसली मैं दस्सिया सी मेरी पंजाबी इन्नी तां नहीं वधी है पर मैनूं पता सी मैं कोशिश करदी आं तुहाडी ਕਰਦੀ ਹਾਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਇੰਟਰਵਿਊ ਕਰਨ ਨੂੰ ਪਤਾ ਸਾਡੇ ਵਿਊਅਰਸ ਪੰਜਾਬੀ ਪਸੰਦ ਕਰਦੇ ਆ ਤਾਂ ਹਰ ਇੱਕ ਕਲਚਰ ਦੇ ਵਿੱਚ ਉਹਨਾਂ ਦੀ ਜਿਹੜੀ ਲੈਂਗੁਏਜ ਹੁੰਦੀ ਉਹ ਸਭ ਤੋਂ ਇੰਪੋਰਟੈਂਟ ਆ ਤਾਂ ਜੇ ਅਸੀਂ ਦੇਖੀਏ ਕਿ ਹੁਣ ਜਿਹੜੀ ਐਡਵੈਂਸ ਪੰਜਾਬ ਦੇ ਵਿੱਚ ਹੋ ਰਹੇ ਆ ਕਿ ਜਿਹੜੀ ਪੰਜਾਬੀ ਲੈਂਗੁਏਜ ਹੌਲੀ ਹੌਲੀ ਇੱਦਾਂ ਲੱਗਦਾ ਕਿ ਉਹ ਡਿਸਅਪੀਅਰ ਹੋ ਚੱਲੀ ਆ ਤਾਂ ਇਹਨਾਂ ਉੱਥੇ ਜ਼ਿਆਦਾ ਹਿੰਦੀ ਤਾਂ ਇੰਗਲਿਸ਼ ਹੀ ਬੋਲਦੇ ਆ ਤੁਸੀਂ ਇਹਨਾਂ ਆਰਟਿਸਟ ਆ ਤੁਹਾਡੇ ਕਾਫੀ ਇਨਫਲੂਐਂਸਿਸ ਆ ਕਾਫੀ ਫੋਲੋਵਰਸ ਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਨੂੰ ਯੂਨੋ ਸਾਨੂੰ ਕਿਹੜੇ ਸਟੈਪਸ ਲੈਣੇ ਚਾਹੀਦੇ ਕਿ ਜਿਹੜੀ ਪੰਜਾਬੀ ਮਾਂ ਬੋਲੀ ਆ ਉਹ ਯੂਨੋ ਬਚ ਜਾਵੇ ਤਾਂ ਪ੍ਰੋਟੈਕਟ ਹੋ ਜਾਵੇ ਨਹੀਂ ਤਾਂ ਐਕਸਟਿੰਕਟ ਹੋ ਜਾਣੀ ਹੈ ਤਾਂ ਸਾਰੇ ਨੇ ਯੂਨੋ ਬਾਕੀ ਲੈਂਗੁਏਜਿਸ ਬੋਲਣੀਆਂ ਜਿਹੜਾ ਸਪੈਸ਼ਲੀ ਓਬਵੀਅਸਲੀ ਇੰਗਲਿਸ਼ ਵੀ ਇੰਪੋਰਟੈਂਟ ਹੈਗੀ ਆ ਹੋਰ ਲੈਂਗੁਏਜਿਸ ਤੁਸੀਂ ਸਿੱਖੋ ਪਰ ਜਿਹੜੀ ਤੁਹਾਡੀ ਆਪਣੀ ਮਾਂ ਬੋਲੀ ਆ ਉਹ ਨਾ ਭੁੱਲੋ
मेरे ख्याल नाल बचपन सब तो वधिया एज है जब तुसी बच्चे नू मोल्ड कर सकते हो ते बचपन दे विच अपने बच्चे नू ध्यान देना बच्चा ते मेहनत करना बहुत जरूरी है क्योंकि वड्डे होके फिर सीखनी मुश्किल हो जाती है ते पेरेंट्स नू ही मैं अगेन कहांगी या जेडे ग्रैंड पेरेंट्स ने स्पेशली ग्रैंड पेरेंट्स का काफी इन्फ्लुएंस रहिंदा है हां जी स्पेशली जब जॉइंट फैमिलीज हुंदी सी सारे इकट्ठे रहिंदे सी ते जे पेरेंट्स नहीं भी टाइम दे पांदे सी बच्चियां नू ते ग्रैंड पेरेंट्स बच्चियां नू पंजाबी सिखांदे सी जिद्दां मोस्टली मैं पंजाबी मेरी दादी जी तो मेरे बीजी तो सिखी है क्योंकि उन्हां दे नाल मैं पंजाबी दे विच गल करदी सी मेरे फादर भी दिल्ली दे ही बॉर्न ने बट ओह घरे पंजाबी बोलदे ने बट क्योंकि असीं इंग्लिश मीडियम स्कूल दे विच गए सी ਪੰਜਾਬੀ ਲੈਂਗੁਏਜ ਨਹੀਂ ਸੀ ਉੱਥੇ ਦਿੱਲੀ ਦੇ ਵਿੱਚ ਤੇ ਅਸੀਂ ਹਿੰਦੀ 'ਚ ਗੱਲ ਕਰਦੇ ਸੀ ਬਟ ਬੀਜੀ ਨਾਲ ਫਿਰ ਮੈਂ ਪੰਜਾਬੀ 'ਚ ਗੱਲਾਂ ਕਰਦੀ ਸੀ ਤੇ ਉਹਨਾਂ ਕਰਕੇ ਮੈਨੂੰ ਪੰਜਾਬੀ ਆ ਗਈ ਬੋਲਣੀ ਤੇ ਪੰਜਾਬੀ ਗਾਣੇ ਮੈਂ ਕਾਫੀ ਗਾਉਂਦੀ ਸੀ ਤੇ ਗਾਣੇ ਸੁਣ ਸੁਣ ਕੇ ਵੀ ਮੈਨੂੰ ਪੰਜਾਬੀ ਬੋਲਣੀ ਆ ਗਈ ਕਾਫੀ ਸਾਰੀ ਹਾਂਜੀ ਤੇ ਟੂ ਲਰਨ ਅ ਲੈਂਗੁਏਜ ਯੂ ਨੀਡ ਟੂ ਸਪੀਕ ਦੈਟ ਮੋਰ ਆਫ ਕੋਰਸ ਹਾਂਜੀ ਤੇ ਘਰ ਦੇ ਵਿੱਚ ਪੇਰੈਂਟਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਪੈਸ਼ਲੀ ਜਦੋਂ ਦੂਜੀ ਕੰਟਰੀ ਦੇ ਵਿੱਚ ਰਹਿ ਰਹੇ ਹੋ ਹਾਂਜੀ ਕਿ ਉਹਨਾਂ ਨੂੰ ਘਰੇ ਵੀ ਪੰਜਾਬੀ ਬੋਲਣੀ ਚਾਹੀਦੀ ਹੈ ਹਾਂਜੀ ਤੇ ਜੇ ਬਚਪਨ ਤੋਂ ਹੀ ਤੁਸੀਂ ਇੱਥੇ ਆਈ ਥਿੰਕ ਬਹੁਤ ਸਾਰੇ ਸਕੂਲਸ ਨੇ ਗੁਰਦੁਆਰੇ ਦੇ ਵਿੱਚ ਕੀਰਤਨ ਸਿਖਾਉਂਦੇ ਨੇ ਗੁਰਮੁਖੀ ਸਿਖਾਉਂਦੇ ਨੇ ਤੇ ਬੱਚਿਆਂ ਨੂੰ ਬਚਪਨ ਤੋਂ ਹੀ ਭੇਜਣਾ ਚਾਹੀਦਾ ਹਾਂਜੀ ਨਹੀਂ ਬਿਲਕੁਲ ਸਹੀ ਤੁਸੀਂ ਕਿਹਾ ਦਿਸ ਇਜ਼ ਦ ਬੈਸਟ ਵੇ ਯਾ ਨੋ ਡੈਫੀਨਿਟਲੀ ਬਿਲਕੁਲ ਤੁਸੀਂ ਸਹੀ ਕਿਹਾ ਜੋ ਪੰਜਾਬੀ ਸਾਨੂੰ ਬੱਚਿਆਂ ਨੂੰ ਸਾਨੂੰ ਇਨਕਰੇਜ ਕਰਨੀ ਚਾਹੀਦੀ ਕਰਕੇ ਅਸੀਂ ਬੋਲੀਏ ਕਰੇ ਹਾਂ ਮਿਸਟੇਕਸ ਹੋ ਜਾਂਦੀਆਂ ਹੈ ਜੇ ਕਿ ਮੈਂ ਦੱਸਿਆ ਕਿ ਮੈਨੂੰ ਪਤਾ ਹੈ ਕਿ ਕਾਫੀ ਹੁੰਦੀਆਂ ਤੁਸੀਂ ਇਨਕਰੇਜ ਕਰੋ ਕਿ ਬੋਲੀ ਜਾਣ ਤਾਂ ਨਾ ਪੰਜਾਬੀ ਭੁੱਲਣ ਸੋ ਜਿਹੜਾ ਤੁਹਾਡਾ ਯੂਕੇ ਦਾ ਟੂਰ ਆ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿ ਹੁਣ ਤੁਸੀਂ ਆਹ ਸੋਲੋ ਟੂਰ ਆ ਤੁਹਾਡਾ ਤੁਸੀਂ ਕਿਵੇਂ ਸ਼ੁਰੂ ਹੋਇਆ ਕਿੱਥੋਂ ਆਈਡੀਆ ਰਿਹਾ ਕਿ ਤੁਸੀਂ ਇੰਗਲੈਂਡ ਦੇ ਵਿੱਚ ਆਣ ਕੇ ਤੁਸੀਂ ਟੂਰ ਕਰਨਾ ਏਸ਼ੀਅਨ ਆਰਟਸ ਏਜੰਸੀ ਹੈ ਜਿਨ੍ਹਾਂ ਨੇ ਸ਼ੋਅ ਆਰਗਨਾਈਜ਼ ਕੀਤੇ ਨੇ ਅਤੇ ਯੂਕੇ ਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰੀ ਪਰਫੋਰਮ ਕੀਤਾ ਬਟ ਇਹ ਮੇਰਾ ਇੱਕ ਟੂਰ ਹੈ ਹਾਂਜੀ ਆਈ ਵਿਲ ਬੀ ਪਰਫੋਰਮਿੰਗ ਇਨ ਲੰਡਨ ਐਟ ਦ ਬਾਰਬੀਕਨ ਸੈਂਟਰ ਔਨ 27th ਐਂਡ 28th ਆਈ ਐਮ ਪਰਫੋਰਮਿੰਗ ਇਨ ਬਰਮਿੰਗਮ ਐਟ ਦ ਟਾਊਨ ਹਾਲ ਮੇਰੇ ਲਈ ਬਹੁਤ ਹੀ ਵੱਡੀ ਚੀਜ਼ ਹੈ ਬਹੁਤ ਹੀ ਮੇਰੇ ਇਟਸ ਵੈਰੀ ਕਲੋਜ਼ ਟੂ ਮਾਈ ਹਾਰਟ ਕਿਉਂਕਿ ਮੈਂ ਮੇਰਾ ਪੂਰਾ ਬੈਂਡ ਹੈ ਉਹ ਮੁੰਬਈ ਤੋਂ ਆ ਰਿਹਾ ਅਤੇ ਵਰਲਡ ਕਲਾਸ ਮਿਊਜ਼ੀਸ਼ੀਅਨਸ ਨੇ ਅਸੀਂ ਕਾਫੀ ਤਿਆਰੀ ਕੀਤੀ ਹੈ ਅਤੇ ਹੁਣ ਓਵਰ ਦਾ ਈਅਰਸ ਮੇਰਾ ਆਪਣਾ ਕਾਫੀ ਰੈਪਰਟੋਰ ਹੈ ਮੈਂ ਕਾਫੀ ਮੂਵੀਜ਼ ਦੇ ਵਿੱਚ ਗਾ ਚੁੱਕੀ ਹਾਂ ਅਤੇ ਲੋਕ ਹੁਣ ਮੈਨੂੰ ਪਹਿਚਾਣਦੇ ਨੇ ਅਤੇ ਮੇਰਾ ਮਿਊਜ਼ਿਕ ਪਸੰਦ ਕਰਦੇ ਨੇ ਮੈਨੂੰ ਇੰਨੇ ਸਾਰੇ ਫੈਨ ਮੈਸੇਜਿਸ ਆਉਂਦੇ ਨੇ ਦੇ ਵਾਂਟ ਟੂ ਸੀ ਮੀ ਲਾਈਵ So I think this is the best way to connect with your fans, with your audiences. Because recordings te tusi sunde ho apne favorite singers di, but jab tusi unhan nu live dekhde ho, te ek navi cheez pata lagdi hai tuhanu tuhade favorite artist de bare, as a personality vi tusi unhan nu jande ho, te live sunan da unhan nu mauka milda hai. ਅਤੇ ਆਰਟਿਸਟ ਲਈ ਬਹੁਤ ਵੱਡੀ ਚੀਜ਼ ਹੈ ਕਿਉਂਕਿ ਉਹਨਾਂ ਦੀ ਆਡੀਅੰਸ ਜਿਹੜੀ ਤੁਹਾਨੂੰ ਮੈਸੇਜ ਭੇਜਦੇ ਨੇ ਜਾਂ ਤੁਹਾਡੇ ਗਾਣੇ ਸੁਣਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਹੁੰਦਾ ਆ ਸੋ ਤੁਹਾਡੇ ਕਾਨਸਰਟ ਵਿੱਚ ਅਸੀਂ ਹੁਣ ਸਾਰਿਆਂ ਨੂੰ ਅਸੀਂ ਸੱਦਾ ਦੇ ਸਕਦੇ ਹਾਂ ਕਿ ਤੁਸੀਂ ਸਾਡੀ ਫੈਮਿਲੀ ਆਓ ਬੱਚੇ ਵੀ ਨਾਲ ਬਿਲਕੁਲ ਪੂਰੀ ਫੈਮਿਲੀ ਸਾਰੇ ਫਰੈਂਡਸ ਬੱਚੇ ਵੱਡੇ ਯੰਗਸਟਰਸ ਹਾਂਜੀ ਸੀਨੀਅਰਸ ਸਾਰੇ ਆ ਸਕਦੇ ਨੇ ਜੋ ਤੁਸੀਂ ਉਹਨਾਂ ਨੂੰ ਦੇਖਦੇ ਆ ਉੱਥੇ ਤੁਹਾਡੇ ਸਾਹਮਣੇ ਨਾਲ ਤੁਹਾਡੇ ਗੀਤਾਂ ਨਾਲ ਗਾਉਂਦੇ ਹੁੰਦੇ ਤੁਹਾਨੂੂੰ ਕਿਵੇਂ ਦੀ ਉਹ ਫੀਲਿੰਗ ਆਉਂਦੀ ਹੈ ਤੁਹਾਡੇ ਇੰਨਾ ਉੱਥੇ ਤੁਹਾਨੂੰ ਪਿਆਰ ਮਿਲਦਾ ਵਾਟਸ ਦੈਟ ਲਾਈਕ ਟੂ ਬੀ ਸਿੰਗਿੰਗ ਔਨ ਸਟੇਜ ਐਂਡ ਦੈਟ ਪ੍ਰੈਜ਼ੈਂਸ ਇਟਸ ਜਸਟ ਸ਼ੁਕਰਾਨਾ ਬਿਕੋਜ਼ ਵੈਨੈਵਰ ਦੈਟ ਹੈਪਨਸ ਮੈਂ ਆਪਣੇ ਆਪ ਨੂੰ ਕਾਫੀ ਲੱਕੀ ਮਹਿਸੂਸ ਕਰਦੀ ਹਾਂ ਕਿ ਬਾਬਾ ਜੀ ਨੇ ਇੰਨਾ ਬਲੈਸ ਕੀਤਾ ਹੈ ਮੈਨੂੰ ਕਿ ਮੇਰੇ ਗਾਣੇ ਦੁਨੀਆ ਭਰ ਦੇ ਵਿੱਚ ਲੋਕੀ ਗਾ ਰਹੇ ਨੇ ਤੇ ਸਪੈਸ਼ਲੀ ਜਦ ਤੁਸੀਂ ਲਾਈਵ ਗਾਉਂਦੇ ਹੋ ਤੇ ਤੁਹਾਡੇ ਨਾਲ ਆਡੀਅੰਸ ਗਾਉਂਦੀ ਹੈ ਤੇ ਲੱਗਦਾ ਕਿ ਹਾਂ ਤੁਹਾਡੇ ਗਾਣੇ are very special to them and they also know your songs yeah, so it's a great feeling it's absolutely brilliant to see tanu jena success milya jada to tusi shuru hoye aaj tak par tanu koi difficulties face kitiyan did you have anything that you know any difficulties that you came across whilst you know getting to where you are today difficulties te har line de vich hundi hai kyunki competition bahut hi vadh gaya pehla bhi kafi siga te aaj te hor bhi zyada vadh gaya because today anybody can sing of course, even yeah. they're not trained they can just sing apni music video bana ke youtube te pa sakde ne so yeah. competition bahut zyada vadh gaya hai but you have to keep updating yourself apne aap nu update karna time de hisab nal bahut hi zaruri hai but thanks to my training kyunki meri jehdi base hai oh kafi strong si main puri proper taleem liti hai te apni ek vakhri identity banana ਇੰਡਸਟਰੀ ਦੇ ਵਿੱਚ ਜਿੱਥੇ ਇੰਨੇ ਸਾਰੇ ਸਿੰਗਰਸ ਹੋਣ ਉਹ ਬਹੁਤ ਹੀ ਮੁਸ਼ਕਿਲ ਹੈ ਅਤੇ ਉਹਨੂੰ ਮੇਨਟੇਨ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੈ ਅਤੇ ਮੇਰੀ ਮਿਹਨਤ ਜਾਰੀ ਹੈ
बाकी आई थिंक बाबा जी दी ब्लेसिंग्स है कि मैं कंटिन्यूसली मैं काम कर रही हूँ, तो यही छोटी मोटी डिफिकल्टीज ने, बट क्योंकि आई लव म्यूजिक आई डोंट फील इट्स डिफिकल्ट, आई फील कि मेरा काम है, मेरा पैशन है, मैं खुशी खुशी करती हूँ। हाँ जी डेफिनेटली। सो तुहाडा जरा आपका खुद का जरा कोई पर्सनल फेवरेट गीत, ऑब्वियसली हर एक आर्टिस्ट का हर एक सिंगर का जो भी गीत वो गाते हैं सारे उन्होंने फेवरेट होंगे, कोई जरा गीत जरा दिल के करीब है जो तुहानू वास्ते कोई मीनिंग बिहाइंड है जो तुम गाते हैं, तुम कोई कोई गल चेते आती है याद चेते आती है, वह कहड़ा होगा? हीर इज ऑल्सो क्लोज टू माई हार्ट, जो मैं तुहानू सुनाया, बट बहुत सारे गाने ने, मैं जगजीत सिंह जी नू काफ़ी सुनती सी बचपन तो, मैं काफ़ी कुछ उन्हां दी गज़लां सुन सुन के मैं सिखिया है, ते स्पेशली द वे ही यूज टू प्रोनाउंस वर्ड्स, शब्दां दी क्लैरिटी, सुर किन्ने पक्के सी उन्हां दे, ते स्टेज ते किदां गाना है, मैं उन्हां दे बहुत कॉन्सर्ट्स देखती सी, ते मेरी दिल्ली तमन्ना सी कि मैं वड्डे होके जगजीत सिंह जी वर्गे कॉन्सर्ट्स करांगी, जिथे लोग की मैनू सुना ना, सिर्फ नचन टप्पण नहीं, नचना टप्पणा भी जरूरी है, बट जगजीत सिंह नू लोग की सुनन जांदे सी कि आराम नाल बह के वह गजला गांदे सी ते लोग की सुनदे सी, ते ओ मेरी लाइफ दे विच काफी वड्डे इंस्पिरेशन ने, उन्हां दी सारियां गजलां मेरी फेवरेट ने। हाँ जी बिल्कुल, थैंक यू। असीं पहला कह दिए व्यूअर्स नू भी कि यू नो मेक श्योर यू गेट योर टिकट्स, असीं हुण हुण टिकट्स अपनियां लै लो, सो 27th ऑफ मार्च लंडन दे विच हर्षदीप नगौना, 28th नू बर्मिंगम दे विच, तुसीं टिकट्स लै सकदे आ asianartsagency.co.uk/harshdeep। इफ यू फाइंड दैट यू फेसिंग एनी डिफिकल्टीज, के वरी जिहड़े बजुर्ग हुंदे आ तो ऑनलाइन टिकटां नहीं लै हुंदियां, तुसीं सिख चैनल ते तुसीं सानूं फोन कर सकदे आ, तुसीं गां असीं तुहानूं उहनां विच कॉन्टैक्ट पा देंगे, सिख चैनल दा स्टूडियो नंबर तां तुसीं जानदे ही हो 0121-380-1050, स्क्रीन ते वी साडे डिटेल्स लगे होणगे, तुसीं जरूर अपनियां टिकट्स लैयो, जरूर साडियां फैमिलीज यू नो किड्स ग्रैंडपेरेंट्स सारे कट्ठे जाके इस शो एंजॉय करियो। सो जो तुसी परफॉर्म करदे हो स्टेज ते, व्हाट्स द बेस्ट पार्ट, व्हाट डू यू एंजॉय अबाउट बीइंग ऑन स्टेज इन फ्रंट ऑफ ऑल दोज पीपल? एवरी सिंगल सेकंड आई एंजॉय। डू यू गेट नर्वस? आई थिंक इट्स जस्ट द फर्स्ट नोट, जरा फर्स्ट सुर जरा लगता है, उस तो पहला तुसी नर्वस होंदे हो, बट वंस आई सिंग दैट देन आई एम फाइन। ते मैं अपना कॉन्सर्ट शुरू एक ओंकार तो कर दिया, ते रब दा नाम लेके शुरू कर दिया, ते फिर सब वधिया हो जांदा है। हां जी, जिहड़े साडे व्यूअर्स देखते होंगे घर तुहानूं पता, तुसी भी कहिंदे होणे तुसी कातों नहीं हो गाया, असीं जरूर वो भी हर्षदीप तुसी गवाउंगे टुवर्ड्स द एंड ऑफ द शो, सो मेक श्योर यू कीप वॉचिंग। तुसी होर जिहड़े आर्टिस्ट किसे नाल तुसी डुएट करना चाहुंदे हो, जां कोई जिहड़ा तुहाडा जिहड़ा फेवरेट आर्टिस्ट तुसी कहा जगदीप सिंह तक आया, एनीबडी else that you would like to do it with? मैं जब रियलिटी शो दे विच मैं हिस्सा लिता सी, जुनून करके रियलिटी शो सी, ते मेरे मेंटोर सी राहत फतेह अली खान साहब, वाओ, ते मेरी खुशकिस्मती है कि उन्हां तो सिखण दा मौका मिलिया, मैनू मेंटोर करदे सी, हां जी, से तो आई वुड लव टू सिंग अ डुएट विद हिम, आई हैव ऑलरेडी डन दैट इन अ मूवी, बट एज अ म्यूजिक वीडियो, एज अ न्यू सॉन्ग, आई वुड लव टू सिंग समथिंग विद हिम। दैट्स अमेजिंग, होपफुली मे बी सून, वन डे मे बी, यस, हू नोस। यू आल्सो वन ऑफ वेरी फ्यू सिंगर्स दैट्स एक्चुअली मेड इट टू हॉलीवुड, मैं सुनिया सी, मैं ऑनलाइन पढ़िया सीगा, तुसी ओ दसो तुसी यू नो बोलना तां ऑब्वियसली बॉलीवुड दे विच, तो हुण तुसी हॉलीवुड भी पहुंचे हो। हॉलीवुड दे विच मैं गाया, फिल्म दा नाम है 127 आवर्स, ते रिकॉर्डिंग भी लंडन दे विच ही हुई सी। हाँ जी, ए आर रहमान जी दा लंडन दा स्टूडियो है, लंडन रिकॉर्डिंग स्टूडियो। हाँ जी, ते असी परफॉर्म कर रहे सी वेम्बली दे विच, ते बाद च मैनू उन्हां दे मैनेजर दा कॉल आया कि तुसी शो खत्म करके तुसी स्टूडियो तुहानू बुलाया सर ने। वाओ, ते मैं काफी नर्वस सी कि पता नहीं किस काम लई बुलाया। हाँ जी, ते डैनी बॉयल दी फिल्म है 127 आवर्स, ते उहदे विच इक ट्रैक है RIP, ਉਹ ਮੈਂ ਗਾਈ ਹੈ, ਤੇ ਜਦ ਵੀ ਟਾਈਮ ਮਿਲੇ ਤੁਸੀਂ ਜ਼ਰੂਰ ਸੁਣਿਓ। ਤੁਸੀਂ ਸਾਨੂੰ ਸੁਣਾ ਸਕਦੇ ਹੋ ਦੀ ਲਾਈਨਾਂ? ਇਟ ਵਾਸ ਮੋਰ ਆਫ ਆਲਾਪਸ ਐਂਡ ਇਟਸ ਬਿਕੋਜ਼ ਇਟਸ ਦ ਬੈਕਗ੍ਰਾਉਂਡ ਓਰਿਜਨਲ ਸਕੋਰ। ਓਕੇ, ਤੋ ਇਟਸ ਨਾਟ ਅ ਸੌਂਗ, ਬਟ ਤੁਸੀਂ ਸੁਣ, ਤੁਸੀਂ ਬਸ ਸੁਣੋ। ਡੈਫੀਨਿਟਲੀ ਡੈਫੀਨਿਟਲੀ ਵੀ ਵਿਲ ਡੂ, ਵੀ ਮੇਕ ਸ਼ੋਰ ਟੂ। How do your parents feel when they see all this amazing success that you got? Obviously, I know they must be proud, but you know, ਉਹਨਾਂ ਨੂੰ ਕਿਵੇਂ ਲੱਗਦਾ ਕਿ ਉਹਨਾਂ ਦੀ ਧੀ, ਉਹਨਾਂ ਦੀ ਕੁੜੀ ਇੰਨਾ ਯੂ ਨੋ ਹਾਲੀਵੁੱਡ ਵੀ, ਬਾਲੀਵੁੱਡ ਵਿੱਚ ਵੀ ਸਾਰਾ ਪਾਸੇ ਯੂ ਨੋ ਦੁਨੀਆ 'ਤੇ ਉਹਨਾਂ ਦਾ ਨਾਂ ਛਾਇਆ, how do they feel? It's all because of their blessings. ਜੇ ਉਹ ਮੈਨੂੰ ਸਪੋਰਟ ਨਾ ਕਰਦੇ ਤਾਂ ਮੈਂ ਇੱਥੇ ਬਹਿ ਕੇ ਇੰਟਰਵਿਊ ਨਹੀਂ ਦੇ ਰਹੀ ਹੁੰਦੀ। they feel really very proud. ਅਤੇ ਮੈਨੂੰ ਆ ਕੇ ਦੱਸ ਦਿੰਦੇ ਆ ਅੱਜ ਸਾਨੂੰ
तेरे कोई फैन मिले बट उन्होंने आके पूछा तुसी हर्षदीप दे मम्मी डैडी हो ते लोग की कभी कभी मैनू नहीं पहचानते क्योंकि मोस्टली लोगों ने मैनू पगड़ी दे विच वेख्या ना टीवी ते इन नॉर्मल लाइफ आई एम वेरी नॉर्मल वेरी सिंपल मैं ज्यादा मेकअप वेकअप नहीं करती सिर्फ टीवी लिए थोड़ा सा करती हूं ये ब्यूटीफुल ते लोग की कभी कभी मैनू नहीं पहचानते बिना पग तो बट मेरे मम्मी पापा दे काफी वीडियोज आई थिंक वायरल हुए ने जिदा जिस गाने दे विच रो रहे ने मैं एक इमोशनल गाना गाई सी टीवी ते ते उन्हां नू लोग पहचानते ने ते आके मैनू दसदे ने कि उन मैनू कह रहे सी तुसी हर्षदीप दे डैडी हो ना ते बड़े खुश हुंदे ने बट एट द सेम टाइम ओ कदे मेरे मुंह ते मेरी ज्यादा तारीफ नहीं करदे मैं उन्हां दा मैं नेचर नोट किया बचपन तो वो खाली आके मैनू शाबाशी देंदे सी बट कदे भी मेरी इन्नी तारीफ नहीं कीती कि मेरे सिर ते चढ़ जावे हां जी ते एक चीज मैनू हुण पता लग रही है कि क्यों उन्होंने ऐदा कीता सी जद वो बहुत खुश हुंदे ने तां आके जप्पी पा लैंदे ने या कहते ओके वेरी गुड सिर्फ इन्ना ही कहंदे ने क्योंकि मैनू पता है वो क्यों ऐदा करदे ने वो नहीं चाहते कि मैं हम्बल ना बना या मेरे फेम मेरे सिर ते ना चढ़ जाए बाहर मेरी काफी तारीफ करदे ने पर मेरे अगे ज्यादा नहीं करदे हां जी आई थिंक इट्स वेरी इंपॉर्टेंट बिकॉज़ या दे आर ट्राइंग टू कीप यू ग्राउंडेड दे डोंट प्रेज मी मच इन फ्रंट ऑफ मी या मेरे पिछो करदे ने मैं कभी-कभी सुने है पर मेरे सामने नहीं करदे बिल्कुल सो जे तुम्हारा लेटेस्ट सॉन्ग आ मैं देखया हुने तुम्हारे फेसबुक पेज ते मैं देखे सी तुसी वीडियो पाई आ सॉन्ग दा नाम हैगा ओ हिचकी ओए हिचकी ओए हिचकी ओ हैगी या रश यश रानी मुखर्जी की कमबैक फिल्म है तो बहुत ही सेंसिटिव टॉपिक है हिचकी जी डिजीज है टोरेट सिंड्रोम कई लोगों को होती है डिफरेंट आवाजा कटते हैं तो लोग सेंसिटिव नहीं होंगे उन्होंने लगता है कि ਇਹ ਬੜੀ ਫਨੀ ਜੀ ਚੀਜ਼ ਹੈ ਬਟ ਕਈ ਲੋਕਾਂ ਨੂੰ ਐਕਚੁਅਲੀ ਹਿਚਕੀ ਦੀ ਇਹ ਪ੍ਰੋਬਲਮ ਹੈ ਤੇ ਇਹ ਮੂਵੀ ਇਸ ਪ੍ਰੋਬਲਮ ਦੇ ਬਾਰੇ ਬਣੀ ਹੈ ਬਟ ਐਟ ਦ ਸੇਮ ਟਾਈਮ ਇਟਸ ਅ ਵੈਰੀ ਫਿਲੋਸੋਫਿਕਲ ਫਿਲਮ ਆਲਸੋ ਕਿ ਕਿੱਦਾਂ ਲਾਈਫ ਦੇ ਵਿੱਚ ਹਿਚਕੀਆਂ ਆਉਂਦੀਆਂ ਨੇ ਹਿਚਕੀਆਂ ਇਸ ਲਾਈਕ ਡਿਫੀਕਲਟੀਜ਼ ਇਨ ਯੋਰ ਲਾਈਫ ਔਰ ਓਬਸਟ੍ਰਕਸ਼ਨਸ ਇਨ ਯੋਰ ਲਾਈਫ ਤੇ ਉਹਨਾਂ ਹਿਚਕੀਆਂ ਨੂੰ ਐਕਸੈਪਟ ਕਰਕੇ ਕਿੱਦਾਂ ਤੁਸੀਂ ਹੋਰ ਲਾਈਫ ਦੇ ਵਿੱਚ ਅੱਗੇ ਵਧ ਸਕਦੇ ਹੋ ਇਸ ਬਾਰੇ ਪਿਕਚਰ ਹੈ ਤੇ ਕਾਫੀ ਇਨਸਪੀਰੇਸ਼ਨਲ ਮੂਵੀ ਹੈ ਹਾਂਜੀ ਤੇ ਇਹਦਾ ਟਾਈਟਲ ਸੌਂਗ ਮੈਂ ਗਾਇਆ ਤੇ ਫਿਲਮ ਦੇ ਵਿੱਚ ਇੱਕ ਹੋਰ ਗਾਣਾ ਹੈ ਸੋਲ ਆਫ ਹਿਚਕੀ ਉਹ ਵੀ ਮੈਂ ਗਾਇਆ ਹਾਂਜੀ ਤੇ ਕਾਫੀ ਉਹਦੀ ਮਿਊਜ਼ਿਕ ਵੀਡੀਓ ਬਹੁਤ ਅੱਛੀ ਬਣੀ ਹੈ ਤੇ ਰਾਨੀ ਮੁਖਰਜੀ ਇਜ਼ ਲੁਕਿੰਗ ਫੈਬੂਲਸ ਇਨ ਦ ਸੌਂਗ ਕੈਨ ਯੂ ਗਿਵ ਅਸ ਅ ਕਪਲ ਆਫ ਲਾਈਨਸ ਫਰਮ ਦੈਟ ਫਿਲਮ ਸ਼ੋਰ ਯੂ ਵਿਲ ਹੈਵ ਟੂ ਸਿੰਗ ਵਿਦ ਮੀ ਦੈਨ ਆਈ ਵਿਲ ਟ੍ਰਾਈ ਮੀ ਬਟ सांसें तो चलती हैं पर कोई गलती है कोई लागे हिचकी कोई लागे हिचकी दो तोले जिद वाली दो माशे जिद वाली कोई लागे हिचकी ओ कोई लागे हिचकी ओए हिचकी ओए हिचकी ओए हिचकी ओए हिचकी दम हिचकी खम हिचकी तुम हिचकी हम हिचकी इट्स सो कैची इट्स अ लवली सॉन्ग थैंक यू होपफुली जो फिल्म को तो रिलीज होनी है हो गई रिलीज 23 मार्च नो हुई है फिल्म रिलीज हां जी तो सी जरूर डेफिनेटली जाके देखो अच्छी पिक्चर है हां जी हां जी सारे व्यूअर्स देख दिया तो सी उन्होंने की कहना चाहोगे के ओहो ਸ਼ੀਸ਼ੀ ਆਪਣੀ ਟਿਕਟ ਲੈ ਲੈਣ ਤਾਂ ਤੁਹਾਡਾ ਕਾਨਸਰਟ ਤੁਹਾਨੂੰ ਦੇਖਣਾ ਹੁਣ ਕਿਉਂ ਆਉਣ ਤੁਹਾਡਾ ਕਾਨਸਰਟ ਦੇਖਣ ਕਿਉਂਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ Definitely. So like we said, 27th of March, it's London and 28th of March in Birmingham. Mm. Tusi sare jarur apni families de naal, apne bachyan de naal, apne baba, bibi, sare tusi ikatthe hoke ayo, jarur ayo, because you won't be disappointed. I've seen, so, you know, jab promo chalda hai, see Sikh channel te chalda hai, jodoh bhi chalda hai na, jithe bhi hove ghar, ਆਵਾਜ਼ ਜਦੋਂ ਪੈਂਦੀ ਹੈ ਤੁਸੀਂ ਜਾਣਾ ਚਾਹੁੰਦੇ ਹੋ ਕਿ ਅਸੀਂ ਉੱਥੇ ਹੋਈਏ ਅਤੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਤੁਸੀਂ ਲਾਈਵ ਪਰਫੋਰਮੈਂਸ ਜਦੋਂ ਕਰਦੇ ਹੋ ਬਹੁਤ ਹੀ ਪਿਆਰਾ ਲੱਗਦਾ ਹੁਣ ਟਾਈਮ ਵੀ ਥੋੜ੍ਹਾ ਜਿਹਾ ਸ਼ੋਅ ਦਾ ਹੁਣ ਐਂਡ ਤੋਂ ਲੱਗਾ ਪਰ ਜਦੋਂ ਅਸੀਂ ਕਿਹਾ ਸੀਗਾ ਸ਼ੁਰੂ ਤੇ ਉਹ ਜਿਹੜਾ ਤੁਸੀਂ ਸ਼ਬਦ ਗਾਇਆ ਸੀਗਾ ਹਾਂਜੀ ਮੂਲ ਮੰਤਰ ਹਾਂਜੀ ਉਹ ਜ਼ਰੂਰ ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ ਜਾਣ ਤੋਂ ਪਹਿਲਾਂ ਬਿਕੋਜ਼ ਆਈ ਥਿੰਕ ਉਹਦੇ ਨਾਲ ਹੀ ਫੋਰ ਮੀ ਪਰਸਨਲੀ ਉਹ ਤੋਂ ਮੈਂ ਜਾਣਨ ਲੱਗੀ ਹਾਂ ਕਿ ਹਰਸ਼ਦੀਪ ਕੌਰ ਕੌਣ ਆ ਸੋ ਇਟਸ ਐਬਸੋਲੂਟਲੀ ਬਿਊਟੀਫੁਲ ਸੋ ਜੇ ਤੁਸੀਂ ਸਾਨੂੰ ਉਹਦੀਆਂ ਵੀ ਲਾਈਨਾਂ ਸਾਨੂੰ ਦੋ ਜ਼ਰੂਰ ਸਾਨੂੰ ਸੁਣਾਓ ਦਿਸ ਇਜ਼ ਆਈ ਫੀਲ ਬਲੈਸਡ ਟੂ ਹੈਵ ਸੰਗ ਦਿਸ ਪਹਿਲੀ ਪੌੜੀ ਆਫ ਮੋਮੰਤਰ ਆਫ ਦ ਜਪਜੀ ਸਾਹਿਬ ਹਾਂਜੀ ਤੇ ਮੈਂ ਪੂਰੀ ਐਲਬਮ ਵੀ ਕੱਢੀ ਹੈ ਜਿਹਦੇ ਵਿੱਚ ਮੈਂ ਪੂਰਾ ਜਪਜੀ ਸਾਹਿਬ ਸੇਮ ਸਟਾਈਲ ਦੇ ਵਿੱਚ ਗਾਇਆ ਓਕੇ ਇਟਸ ਅਵੇਲੇਬਲ ਔਨ ਆਈਟਿਊਨਸ ਤੇ ਪੂਰਾ ਜਪਜੀ ਸਾਹਿਬ ਦਾ ਪਾਰਟ ਇਨ ਦ ਸੇਮ ਸਟਾਈਲ ਇਜ਼ ਆਲਸੋ ਅਵੇਲੇਬਲ ਆਈ ਥੋਟ ਆਈ ਟੈਲ ਔਨ ਸਿਕ ਚੈਨਲ ਬਿਕੋਜ਼ ਕਾਫੀ ਲੋਕਾਂ ਨੂੰ ਪਤਾ ਨਹੀਂ ਹੈ ਹਾਂਜੀ ਬਟ ਇਟਸ ਦੇਅਰ ਇਟਸ ਅਵੇਲੇਬਲ ਔਨ ਆਈਟਿਊਨਸ ਐਂਡ ਆਈ ਥਿੰਕ gaana.com ਤੇ ਵੀ ਅਵੇਲੇਬਲ ਹੈ ਓ ਫੈਂਟਾਸਟਿਕ ਤੇ ਪੂਰਾ 40 ਮਿੰਟ ਦਾ ਜਪਜੀ ਸਾਹਿਬ ਮੈਂ ਗਾਇਆ ਹੈ ਲੇਕਿਨ ਮਿਊਜ਼ੀਕਲ ਫਾਰਮ
definitely will be downloading that. Sure. Definitely. एक ओंकार सतनाम करता पुरख निरपो निर्वैर अकाल मूरत अजूनी सैभंग गुर प्रसाद जप आद सच जुगाद सच है भी सच नानक होसी भी सच सोचे सोच न होवई जे सोची लखवार चुप्पे चुप न होवई जे लाई रहा लवतार भुखिया भुख न उतरी जे बन्ना पुरिया पार सहस्यान पालख होए ता एक न चले नाल किव सचिया रहोए किव कोड़े तुट्टे पाल हुक्म रजाए चलना नानक लिखिया To me, that is my favorite, and I can listen to you all day, every day, forever. It's absolutely stunning. Tadi ni piari ni suraliva vaza. It's honestly, I'm lost for words now that you've sang that. It's absolutely beautiful. So you should come to the concert and definitely, hear it live. Definitely. I will be getting my tickets. Tusi bhi apni tickets city city le liyo, jaldi jaldi le liyo. Then there's all the details on screen under the spinner. So it's the 27th in London and 28th in Birmingham. So you can check it out at asianartsagency.co.uk/Harshdeep. If you have any online ticket or any problem, you can call us on the phone and we'll help you get your ticket. But as you said, it's a concert for everyone. It's not for any certain age, it's for everybody, for kids, for old, for young, for everybody. So do go along. Final messages for the viewers? बस मैं बहुत ही शुक्रगुजार हाँ तुसी मैनू बहुत हमेशा प्यार दिंदे हो ते मैं तुहाडी तुहाडे शहर आई हाँ ते तुसी प्लीज़ अपने पूरे परिवार नू लैके आओ फ्रेंड्स नू लैके आओ आई प्रोमिस दैट आई ऑलवेज विल डू प्योर म्यूजिक ते मैं हमेशा ही कहनी कि मैं जब भी म्यूजिक करा बस चंगा म्यूजिक करा ते I can promise it will be a new experience for the audiences. Fantastic. Balnata, thank you so much ki tusi sanu aan ke aj mile. Thank you. Punjabi de vich vi interview kita, si koshish kita, English vich vi kita, so hopefully our viewers enjoyed it. So it was a mixture of both. Hon fir si bas fateh bulaunde haan, te tusi jarur apni jaldi jaldi ticket leke Harshdeep nu concert vich dekhna. Galtiyan di jo koi ho gayi hon gayi hon gayi, you know, sanu maaf kar dena. But haanji, hana end vich assi fateh bulaiye. Haanji. Vaheguru ji ka khalsa, Vaheguru ji ki fateh.